ਸ਼ਮਾਦਾਨ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਅਤੇ ਸਰਦਾਰ ਜਸਵੀਰ ਸਿੰਘ ਪੱਟੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ਾਮਦੀਦ। ਅੱਜ ਦਿਨ ਹੈ ਜੀ ਮੰਗਲਵਾਰ, ਤਰੀਕ ਹੈ 23 ਫਰਵਰੀ, ਸ਼ਾਮ ਦੇ 6:30 ਹੋਏ ਨੇ। ਤੁਸੀਂ ਸਾਡੇ ਨਾਲ ਇਸ ਵਕਤ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਇਸ ਤੋਂ ਪਹਿਲਾਂ ਕਿ ਸਰਦਾਰ ਜਸਵੀਰ ਸਿੰਘ ਪੱਟੀ ਹੋਰਾਂ ਨਾਲ ਪ੍ਰੋਗਰਾਮ ਦਾ ਆਗਾਜ਼ ਕਰੀਏ, ਕੁਛ ਵਪਾਰਕ ਸੁਣੋਏ ਅਤੇ ਫਿਰ ਨਵੀਂ DD15 ਚਲਾਉਂਦੇ ਜਾਂ ਪੈਕਾਰ, ਮੈਕਸ ਫੋਰਸ, ਕਮਿੰਸ, ISX, ਵੋਲਵੋ, ਮਰਸੀਡੀਜ਼, ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ। ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519-622-0660 519-622-0660 QTL, because we care. Quick Truck Lube. ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਵੀ, ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066, ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟ੍ਰੈਵਲ ਸੈਂਟਰ, 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 661-797-2345। ਓ ਯਾਰ, ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦ ਇਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403-494-0401-403-404-9501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ, ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855-600-2064 ਅਤੇ 85560-0-2071। JB ਟਰੱਕ ਰਿਪੇਅਰ, ਯੂਪਾ ਸਿਟੀ, ਸਰਟੀਫਾਈਡ ਕਿਊਮਿਨਸ, ਡੈਟਰੋਇਟ ਫਰੇਟ ਲਾਈਨਰ, ਵੈਸਟਰਨ ਸਟਾਰ, ਵੋਲਵੋ, ਕੈਟਰਪਿਲਰ ਅਤੇ ਸੀਰੀਜ਼ 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨਸ, 5 ਸਾਲ ਦਾ ਫਰੇਟ ਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ, ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ, ਟ੍ਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ, ਸਰਟੀਫਾਈਡ 90-day DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ, 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7, ਨਵੇਂ ਕਸਟਮਰਸ ਲਈ 10% ਡਿਸਕਾਊਂਟ, ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ,
ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ ਜੀ। ਇਸ ਦੇ ਨਾਲ ਹੀ ਜੇਕਰ ਤੁਸੀਂ ਚੰਡੀਗੜ੍ਹ ਅਤੇ ਇਸ ਦੇ ਆਲੇ ਦੁਆਲੇ ਯਾਨੀ ਕਿ ਮੋਹਾਲੀ, ਜੀਰਕਪੁਰ, ਖਰੜ ਜਾਂ ਐਰੋ ਸਿਟੀ ਮੋਹਾਲੀ ਦੇ ਵਿੱਚ ਰੈਜੀਡੈਂਸ਼ੀਅਲ, ਕਮਰਸ਼ੀਅਲ ਜਾਂ ਇੰਡਸਟਰੀਅਲ ਪ੍ਰੋਪਰਟੀ ਦੇ ਵਿੱਚ ਇੰਟਰਸਟ ਰੱਖਦੇ ਹੋ ਤਾਂ ਇੱਕੋ ਇੱਕ ਟਰੱਸਟਡ ਨੇਮ ਹੈ ਜੀ, ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਅਸਟੇਟ, ਜਿਨ੍ਹਾਂ ਦਾ ਫੋਨ ਨੰਬਰ ਹੈ 8936000000। ਇਹਨਾਂ ਨਾਲ ਕਾਲ ਕਰਕੇ ਤੁਸੀਂ ਸੰਪਰਕ ਕਰ ਸਕਦੇ ਹੋ। ਰੈਰਾ ਅਪਰੂਵਡ ਨੇ, ਪੁੱਡਾ ਦੇ ਆਥੋਰਾਈਜ਼ ਪਲਾਟ ਨੇ, ਸਾਰਾ ਕੁਛ ਟਰਾਂਸਪੇਰੈਂਟ ਹੈ। ਜੋ ਤੁਹਾਡੇ ਨਾਲ ਗੱਲਬਾਤ ਕਰਨਗੇ ਪੂਰੀ ਟਰਾਂਸਪੇਰੈਂਸੀ ਰੱਖੀ ਜਾਏਗੀ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਏ ਦੇ ਵਿੱਚ ਓਨਰ ਓਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ, ਪੰਜਾਬੀ ਦੇ ਵਿੱਚ ਡਿਸਪੈਚ ਕਰਦੇ ਨੇ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 206-354-4060 ਜਾਂ ਜਗਦੇਵ ਸੰਧੂ ਹੋਰਾਂ ਨਾਲ 253-266-6924 'ਤੇ ਕਾਲ ਕਰ ਸਕਦੇ ਹੋ। ਮੇਰੇ ਨਾਲ ਸਰਦਾਰ ਜਸਵੀਰ ਸਿੰਘ ਭੱਟੀ ਹੋਰੀ ਜੁੜ ਗਏ ਨੇ। ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਲੱਖੇ ਸਿਧਾਣੇ ਦੀ ਅੱਜ ਰੈਲੀ ਹੋਈ ਹੈ, ਕਿੱਥੇ ਕਿੱਥੇ ਹੋਈਆਂ ਨੇ? ਇੱਕ ਬਠਿੰਡੇ ਦੇ ਨੇੜੇ ਤਾਂ ਹੋਈ ਹੈ ਜੀ, ਕੈਪਟਨ ਅਮਰਿੰਦਰ ਸਿੰਘ ਦੇ ਪਿੰਡ ਮਹਿਰਾਜ ਦੇ ਵਿੱਚ, ਅਤੇ ਹੋਰ ਵੀ ਕਿਤੇ ਹੋਈਆਂ ਨੇ, ਅਤੇ ਲੱਖਾਂ ਸਿਧਾਣਾ ਜਿਹੜਾ ਹੈ ਉਹ ਕੀ ਏਜੰਡਾ ਲੈ ਕੇ ਚੱਲ ਰਿਹਾ ਪੰਜਾਬ ਦੇ ਵਿੱਚ? ਜਿੱਥੋਂ ਤੱਕ ਤੁਹਾਨੂੰ ਪਤਾ ਹੋਏਗਾ, ਕਿਸਾਨ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਸੀ ਵੀ ਮਹਾਂ ਪੰਚਾਇਤਾਂ ਤੇ ਥੋੜਾ ਜਿਹਾ ਗੁਰੇਜ ਕਰੋ ਤੁਸੀਂ ਰੈਲੀਆਂ ਦੇ ਉੱਤੇ, ਤੁਸੀਂ ਇੱਥੇ ਵੱਡੀ ਗਿਣਤੀ ਚ ਪਹੁੰਚੋ ਸਿੰਘ ਬਾਰਡਰ ਦੇ ਜੀ। ਉਹਦਾ ਕਾਰਨ ਸੀਗਾ ਵੀ ਅਸੀਂ ਇਹ ਠੱਪਾ ਕਿਉਂ ਲਵਾਈਏ ਵੀ ਓਨਲੀ ਮੋਰਚਾ ਪੰਜਾਬ ਦਾ। ਹੁਣ ਜਿਸ ਤਰੀਕੇ ਨਾਲ ਤੁਸੀਂ ਹਰ ਜ਼ਿਲ੍ਹੇ ਦੇ ਵਿੱਚ ਹਰ ਕਸਬੇ ਚ ਰੈਲੀਆਂ ਕਰੋਗੇ ਤੇ ਫਿਰ ਇਹ ਠੱਪਾ ਜ਼ਰੂਰ ਲੱਗੇਗਾ ਵੀ ਇਹ ਮੋਰਚਾ ਸਿਰਫ ਪੰਜਾਬ ਦਾ, ਬਾਕੀ ਦਾ ਮੋਰਚਾ ਨਹੀਂ। ਹੁਣ ਲੱਖੇ ਸਿਧਾਣੇ ਨੇ ਦੋ ਇੱਕ ਪਲਾਂਟ ਲਾਇਆ ਸੀ, ਆਪਣੇ ਪੈਂਟ ਲਾਏ ਸੀਗੇ, ਲੇਕਿਨ ਲੱਖਾਂ ਸਾਲਾਂ ਪਹਿਲਾਂ ਤੇ ਕਹਿੰਦੇ ਸੀ ਨਹੀਂ ਆ ਰਿਹਾ, ਮੁੜ ਕੇ ਲੱਖਾਂ ਸਾਲਾਂ ਪਹਿਲਾਂ ਆਇਆ, ਬੋਲ ਕੇ ਚਲਾ ਗਿਆ, ਫਿਰ ਆ ਗਿਆ। ਐਸ ਐਸ ਪੀ ਭੁਪਿੰਦਰ ਸਿੰਘ ਭੱਦਰ ਜੀ ਵਿਰਕ ਨੇ ਇੰਨੀ ਗੱਲ ਕਹੀ ਸੀ, ਵੇਖੋ ਸਾਨੂੰ ਅਜੇ ਇਹੋ ਜਿਹੀ ਕੋਈ ਜਾਣਕਾਰੀ ਨਹੀਂ ਹੈਗੀ ਵੀ ਲੱਖਾਂ ਸਾਲਾਂ ਦਾ ਭਗਵਾੜਾ। ਦਿੱਲੀ ਪੁਲਿਸ ਹਾਈਕਮਾਂਡ ਨਾਲ ਕੰਟੈਕਟ ਕਰੇਗੀ ਤੇ ਫਿਰ ਅਸੀਂ ਲੱਖੇ ਤੇ ਕੋਈ ਕਾਰਵਾਈ ਕਰ ਸਕਦੇ, ਸੋਚਣਗੇ ਕੀ ਕਰਨਾ ਅਸੀਂ। ਜੀ ਜੀ, ਉਹ ਸੰਕੇਤ ਸੀ ਵੀ ਅਸੀਂ ਲੱਖੇ ਤੇ ਕੋਈ ਕਾਰਵਾਈ ਨਹੀਂ ਕਰਨੀ, ਤੇ ਲੱਖਾਂ ਵੀ ਆਪਣੇ ਪੂਰੇ ਪ੍ਰਬੰਧ ਕਰਕੇ ਪੁੱਛ ਗਿੱਛ ਕੇ ਫਿਰ ਹੀ ਆਇਆ ਸੀ ਵੀ ਮੈਂ ਜਾਵਾਂ ਜਾਵਾਂ ਕੋਈ ਨਾ ਨੀ ਛਾਇਆ। ਹੁਣ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਵੀ ਜਦੋਂ ਦੀਪ ਸਿੱਧੂ ਦੀ ਗੱਲ ਚੱਲੀ ਆ ਤੇ ਪਹਿਲੀ ਗੱਲ ਚੱਲੀ ਸੀ ਕਿ ਉਹ ਜੀਰਕਪੁਰ ਤੋਂ ਫੜਿਆ ਗਿਆ ਜੀ। ਜੀਰਕਪੁਰ ਤੋਂ ਫੜੇ ਜਾਣ ਤੋਂ ਬਾਅਦ ਜੇ ਜੀਰਕਪੁਰ ਤੋਂ ਉਹਦੀ ਅਰੈਸਟ ਪਾਉਂਦੇ ਤੇ ਪੋਸੀਬਿਲਿਟੀ ਸੀ ਵੀ ਪੁਲਿਸ ਪੰਜਾਬ ਪੁਲਿਸ ਨੂੰ ਕਿਸੇ ਹੋਰ ਕੇਸ ਤੇ ਨੌਨ ਕਰਕੇ ਤੇ ਦਿੱਲੀ ਪੁਲਿਸ ਨੂੰ ਜਾਣ ਨਾ ਦਿੰਦੀ, ਕਹਿ ਦਿੰਦੀ ਜੀ ਫਲਾਣੇ ਕੇਸ ਪੁੱਛਗਿੱਛ ਕਰਨੀ ਹੈ। ਜੀ ਜੀ, ਤੁਹਾਨੂੰ ਪਤਾ ਨੀ ਇੱਕ ਅੰਸਾਰੀ ਜਿਹੜਾ ਹੈਗਾ ਰੋਪੜ ਜੇਲ੍ਹ ਦੇ ਵਿੱਚ ਯੂਪੀ ਦਾ ਇੱਕ ਹੈਗਾ, ਬਿਲਕੁਲ ਜੀ, ਸ਼ਿਕਾਇਤ ਹੀ ਆ। ਉਹ ਅਜੇ ਤੱਕ ਇਹ ਕਹੀ ਜਾਂਦੇ ਜੀ ਉਹਦੀ ਸਿਹਤ ਠੀਕ ਨਹੀਂ ਹੈਗੀ, ਉਹ ਨਹੀਂ ਜਾ ਸਕਦਾ, ਉਹ ਨਹੀਂ ਕਰ ਸਕਦਾ। ਲੇਕਿਨ ਇੱਕ ਜਿਹਦੀ ਬੀਬੀ ਦਾ ਇੱਕ ਪਤੀ ਮਾਰਿਆ ਗਿਆ, ਉਹ ਕਹਿੰਦੀ ਮੇਰੇ ਪਤੀ ਦਾ ਕਾਤਲ ਆ, ਪੰਜਾਬ ਪੁਲਿਸ ਜਿਹੜੀ ਆ, ਪੰਜਾਬ ਸਰਕਾਰ ਜਾਣ ਬੁੱਝ ਕੇ ਉਹਨੂੰ ਬਚਾ ਰਹੀ ਹੈ। ਇਸ ਕਰਕੇ ਉਹਨਾਂ ਨੇ ਭਾਵੇਂ ਜੀਰਕਪੁਰ ਤੋਂ ਫੜਿਆ, ਇਹ ਬਾਅਦ ਚ ਪਤਾ ਲੱਗੇਗਾ ਜਦੋਂ ਦੀਪ ਸਿੱਧੂ ਬਾਹਰ ਆਏਗਾ ਕਿ ਉਹਦੀ ਗ੍ਰਿਫਤਾਰੀ ਕਿੱਥੋਂ ਹੋਈ ਹੈ, ਕਰਨਾਲ ਬਾਈਪਾਸ ਤੋਂ ਹੋਈ ਹੈ ਕਿ ਜੀਰਕਪੁਰ ਤੋਂ ਹੋਈ। ਜੀ ਜੀ ਜੀ, ਇਸੇ ਤਰ੍ਹਾਂ ਹੀ ਪੰਜਾਬ ਪੁਲਿਸ ਦੀ ਇਸ ਵੇਲੇ ਪੂਰੀ ਸ਼ੈ ਆ ਕਿ ਦੇਖੋ ਭਾਈ ਤੁਸੀਂ ਆਪੋ ਆਪਣੇ ਘਰਾਂ ਚ ਬੈਠੇ ਰਹੋ, ਤੁਹਾਨੂੰ ਕੋਈ ਦਿੱਲੀ ਪੁਲਿਸ ਨਹੀਂ ਫੜਨਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ ਕਹਿਤਾ ਜਦੋਂ ਉਹਨਾਂ ਨੂੰ ਫੋਨ ਤੇ ਵੀ ਪੁੱਛਿਆ ਵੀ ਅਸੀਂ ਕੀ ਕਰੀਏ, ਉਹ ਕਹਿੰਦੇ ਜਿੱਥੇ ਤੁਸੀਂ ਬੈਠੇ ਆਪਣੇ ਘਰਾਂ ਚ ਆਰਾਮ ਨਾਲ ਬੈਠੇ,
ਤੁਹਾਨੂੰ ਚੜੂਨੀ ਨੇ ਕੱਲ ਆਪਣੀ ਜਿਹੜੀ ਸਟੇਜ ਤੋਂ ਨਿਕਲ ਕਹਿਤੀ ਵੀ ਜਦੋਂ ਤੁਹਾਨੂੰ ਕੋਈ ਦਿੱਲੀ ਪੁਲਿਸ ਸਾਡੇ ਘਰ ਆਵੇ ਫੜਨ ਵਾਸਤੇ ਆਵੇ ਤੇ ਇਕੱਠੇ ਹੋ ਜਾਓ, ਇਕੱਠੇ ਇੱਕ ਉਹਨੂੰ ਆਪਣੀ ਡਰਾਇੰਗ ਰੂਮ ਚ ਬਿਠਾਓ, ਉਹਨਾਂ ਨੂੰ ਚਾਹ ਪਾਣੀ ਚਾਹੋ, ਉਹਨਾਂ ਪ੍ਰਸ਼ਾਦਾ ਵੀ ਛਕਾਓ ਜੀ। ਤੇ ਜਦੋਂ ਪ੍ਰਸ਼ਾਸਨ ਆਵੇ ਤੇ ਪ੍ਰਸ਼ਾਸਨ ਨੂੰ ਇਹ ਕਹੋ ਵੀ ਇਹਨੂੰ ਯਕੀਨੀ ਬਣਾਓ ਵੀ ਦੁਬਾਰਾ ਸਾਡੇ ਘਰ ਨਹੀਂ ਆਉਣਾ। ਅਸੀਂ ਫਿਰ ਜਾਣ ਦਿੰਦੇ, ਅਸੀਂ ਰੱਖ ਕੇ ਇਹਨੂੰ ਕੀ ਕਰਨਾ ਹੈਗਾ ਜੀ ਜੀ। ਕਿਸੇ ਦੀ ਮਾਰ ਕਟਾਈ ਨਾ ਕਰੋ, ਕਿਸੇ ਨਾਲ ਵਧੀਕੀ ਨਾ ਕਰੋ, ਤੁਸੀਂ ਇੰਨਾ ਕੰਮ ਕਰਨਾ ਜੇ ਆਗੂ ਦਾ ਸਟੇਜ ਤੋਂ ਕਹਿਣਾ, ਇਹ ਸੰਕੇਤ ਕੀ ਦਿੰਦਾ? ਇਹੀ ਸੰਕੇਤ ਦਾ ਵੀ ਪੰਜਾਬ ਪੁਲਿਸ ਜਿੱਥੇ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਉੱਥੇ ਉੱਥੇ ਬੰਦਿਆਂ ਨੂੰ ਕੋਈ ਡਰ ਨਹੀਂ, ਤੁਸੀਂ ਆਪਣੇ ਬੈਠੇ ਰਹੋ, ਕਿਉਂਕਿ ਦਿੱਲੀ ਪੁਲਿਸ ਵੀ ਕਾਰਵਾਈ ਨਹੀਂ ਕਰੇਗੀ। ਸਿੱਧੀ ਕਾਰਵਾਈ ਕਰੇ ਤੇ ਉਹਦੀ ਕੁੱਟਮਾਰ ਵੀ ਕਰਦੇ ਤੇ ਕੋਲ ਜਾ ਕੇ ਢੇਲਾ ਮੁੱਲ ਨਹੀਂ ਪੈਂਦਾ ਉਹਨਾਂ ਨਹੀਂ ਪੈਂਦਾ। ਇਸ ਕਰਕੇ ਲੋਕਲ ਪੁਲਿਸ ਨੂੰ ਲੈਣਾ ਉਹਨਾਂ ਦਾ ਜ਼ਰੂਰੀ ਹੁੰਦਾ ਤੇ ਲੋਕਲ ਪੁਲਿਸ ਜਾਣ ਤੋਂ ਪਹਿਲਾਂ ਉਹ ਬੰਦੇ ਨੂੰ ਕਹਿ ਦੇਗੀ ਭਾਈ ਜੇ ਘਰ ਤੇ ਭੱਜ, ਅਸੀਂ ਆ ਰਹੇ ਤੇਰੇ ਕੋਲ। ਤੇ ਲੱਖਾਂ ਸਿਧਾਣਾ ਨੇ ਅੱਜ ਸਟੇਜ ਤੇ ਆਇਆ ਤੇ ਉਹਨੇ ਜਿਹੜੀ ਏਕਤਾ ਦੀ ਗੱਲ ਕੀਤੀ ਵੀ ਇਕੱਠੇ ਹੋ ਕੇ ਜੰਗ ਲੜੀ ਜਾਵੇ। ਬੇਸਿਕਲੀ ਪ੍ਰੋਫੈਸਰ ਪ੍ਰੀਤਮ ਸਿੰਘ ਤੁਸੀਂ ਜਾਣ ਦੇਵੇ ਆਕਸਫੋਰਡ ਯੂਨੀਵਰਸਿਟੀ ਵਾਲੇ, ਉਹਨਾਂ ਦਾ ਇਹ ਕਹਿਣਾ ਵੀ 26 ਤਰੀਕ ਨੂੰ ਜੋ ਹੋਇਆ ਗਲਤ ਹੋਇਆ ਠੀਕ ਹੋਇਆ ਉਹ ਬਸ ਦੀ ਗੱਲ ਹੈ, ਤੇ ਕਿਸਾਨ ਜਥੇਬੰਦੀਆਂ ਨੂੰ ਇਹ ਬਿਲਕੁਲ ਨੀ ਕਹਿਣਾ ਚਾਹੀਦਾ ਕਿ ਸਾਡੇ ਬੰਦੇ ਨਹੀਂ। ਉੱਥੇ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਇਹਨਾਂ ਨੂੰ ਰੋਕਣ ਦੀ ਸਰਕਾਰ ਦੀ ਤੇ ਪੁਲਿਸ ਦੀ ਜ਼ਿੰਮੇਵਾਰੀ ਸੀ, ਕਿਉਂ ਜਾਂਚ ਤਾਂ ਉਸ ਪਾਸੇ ਨਾ। ਬਿਲਕੁਲ ਜੀ ਬਿਲਕੁਲ। ਇਸ ਕਰਕੇ ਇਹਨਾਂ ਨੂੰ ਫੋਨ ਕਰਨਾ ਚਾਹੀਦਾ, ਸਾਡੇ ਤੋਂ ਬੰਦੇ ਸਾਡੇ ਨੇ ਜੀ, ਵੱਧ ਬੰਦੇ ਨਹੀਂ ਹੈਗੇ, ਕਿਉਂਕਿ ਜਦੋਂ ਬੰਦੇ ਇਕੱਠੇ ਚੱਲੇ ਤੁਸੀਂ ਇੰਨੀ ਗੱਲ ਕਹੀ ਨਾ, ਤੁਹਾਡੇ ਪਾਠਕ ਤੋਂ ਪੈ ਗਿਆ। ਭਾਵੇਂ ਦੀਪ ਸਿੱਧੂ ਠੀਕ ਆ ਜੀ, ਉਹ ਸੰਨੀ ਦਿਓਲ ਦਾ ਗਦਾਰ ਹੋਊਗਾ, ਜਿਹਦਾ ਮਰਜ਼ੀ ਹੋਵੇ, ਲੇਕਿਨ ਉਹ ਸੰਯੁਕਤ ਮੋਰਚੇ ਦਾ ਗਦਾਰ ਨਹੀਂ ਜੀ। ਉਹ ਪ੍ਰੋਫੈਸਰ ਪ੍ਰੀਤਮ ਸਿੰਘ ਜਿਹੜੇ ਆ ਆਕਸਫੋਰਡ ਯੂਨੀਵਰਸਿਟੀ ਦੇ ਬਹੁਤ ਸੋਹਣਾ ਲਿਖਦੇ, ਆਰਥਿਕ ਮਾਹਿਰ ਵੀ ਨੇ ਤੇ ਇਹਦੇ ਕਿਸਾਨੀ ਮੋਰਚੇ ਬਹੁਤ ਸੋਹਣੇ ਲਿਖਦੇ। ਉਹਨਾਂ ਦੇ ਇੱਥੋਂ ਤੱਕ ਕਹਿਤਾ ਦਾਨੇ ਵਾਲੀਆ ਸਾਹਿਬ ਵੀ ਮੇਰੇ ਕੰਟੈਕਟ ਦੇ ਵਿੱਚ ਜਿਹੜੇ ਸਾਰੇ ਲੀਡਰ ਨੇ, ਦਰਸ਼ਨਪਾਲ ਨੂੰ ਮੈਂ ਬੜਾ ਪੁਰਾਣਾ ਜਾਣਦਾ ਵਾ, ਮੈਂ ਰਾਜੇਵਾਲ ਨੂੰ ਬੜਾ ਪੁਰਾਣਾ ਜਾਣਦਾ, ਦੋਵੇਂ ਸੁਲਝੇ ਹੋਏ ਲੀਡਰ ਜੀ ਜੀ। ਲੇਕਿਨ ਸਾਨੂੰ ਮੈਨੂੰ ਇੱਕ ਗੱਲ ਦੱਸੀ, ਅੱਜ ਤੱਕ ਰਾਜੇਵਾਲ ਨੇ ਪੂੰਜੀਪਤੀਆਂ ਦੇ ਖਿਲਾਫ਼ ਬਿਆਨ ਕੋਈ ਨਹੀਂ ਦਿੱਤਾ। ਪੂੰਜੀਪਤੀਆਂ ਦੇ ਖਿਲਾਫ਼ ਕਿਉਂ ਨੀ ਬੋਲਿਆ? ਇਹ ਮੈਂ ਨੀ ਕਹਿ ਰਿਹਾ, ਪ੍ਰੋਫੈਸਰ ਪ੍ਰੀਤਮ ਸਿੰਘ ਦੀ ਸ਼ਬਦ ਤੇ ਹੁਣ ਉਹ ਇੰਨੀ ਗੱਲ ਕਹਿੰਦੇ। ਵੇਖੋ ਇਸ ਵੇਲੇ ਜਿਹੜੀ ਆਉਣ ਵਾਲੀ ਵਿਧਾਨ ਸਭਾ ਆਉਣੀ ਆ, ਇੱਥੇ ਮੂਵਮੈਂਟ ਚੱਲੀ ਸੀ ਇੰਗਲੈਂਡ ਦੇ ਵਿੱਚ, ਲੇਬਰ ਲਿਸਟ ਬਣੀ ਜੀ, ਜਿਹੜਾ ਮੋਰਚਾ ਲੱਗਾ ਸੀ ਉੱਥੇ ਬਹਿ ਕੇ ਲਿਸਟ ਬਣਾਈ ਗਈ ਸੀ ਵੀ ਕਿਹੜਾ ਬੰਦਾ ਕਿੱਥੋਂ ਲਵਾਉਣਾ ਸੀ ਇਲੈਕਸ਼ਨ। ਇਸ ਕਰਕੇ ਜੇ ਕਿਸਾਨ ਵੀ ਆਪਣਾ ਭਲਾ ਚਾਹੁੰਦੇ ਤੇ ਉਹਨਾਂ ਨੂੰ ਇੱਕ ਕਿਸਾਨ ਲਿਸਟ ਬਣਾਉਣੀ ਪਊਗੀ ਜੀ। ਇਹ ਨੀ ਗੱਲ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਫਿਰ ਵੋਟਾਂ ਪਾ ਕੇ ਕਾਮਯਾਬ ਕਰਦੇ ਤੇ ਡਾਂਗਾ ਫਿਰ ਤੁਸੀਂ ਖਾਓ, ਇਹ ਗੱਲ ਨੀ ਹੋਣੀ ਚਾਹੀਦੀ। ਇਸ ਕਰਕੇ ਲੱਖੇ ਸਿਧਾਣੇ ਦਾ ਜਿਹੜਾ ਯੋਗਦਾਨ ਸੀ ਉਸ ਦਿਨ ਜਦੋਂ 25 ਤਰੀਕ ਨੂੰ ਜਿਹੜਾ ਇਹ ਚ ਕੋਈ ਸ਼ੱਕ ਵਾਲੀ ਗੱਲ ਨੀ ਕਿ ਜਗਜੀਤ ਸਿੰਘ ਡੱਲੇ ਵਾਲੇ ਨੂੰ ਭੇਜਿਆ ਵੀ ਲੱਖਿਆ ਜਾ ਕੇ ਉਹਨੂੰ ਸਮਝਾ ਮੁੰਡਿਆਂ ਨੂੰ ਜੋ ਉੱਥੇ ਕਰ ਰਹੇ ਨਾ ਕਰਨ। ਲੱਖੇ ਨੇ ਉੱਥੇ ਕੋਈ ਇਹੋ ਜਿਹੀ ਗੱਲ ਨੀ ਕੀਤੀ ਜਿਹੜੀ ਇਹਨਾਂ ਲੀਡਰਾਂ ਦੇ ਖਿਲਾਫ਼ ਹੋਵੇ, ਉਹ ਆਪਣੀ ਗੱਲ ਕਰਕੇ ਆ ਗਿਆ। ਉਦੋਂ ਇਹ ਲੀਡਰ ਜਾਣ ਦੀ ਪਹਿਲਾਂ ਸਕੀਮ ਬਣਾਈ ਸੀ, ਮੁੜ ਕੇ ਕੁਛ ਸਿਆਣਿਆਂ ਨੇ ਨਿਕਲ ਕੇ ਵੀ ਤੁਸੀਂ ਨਾ ਜਾਇਓ, ਉੱਥੇ ਖੂਨ ਖਰਾਬਾ ਹੋਊਗਾ, ਦੋਵਾਂ ਧਿਰਾਂ ਚ 26 ਤੋਂ ਪਹਿਲਾਂ ਲੜਾਈ ਹੋਊਗੀ ਤੇ ਸਰਕਾਰ ਨੂੰ ਮੌਕਾ ਮਿਲੂ ਤੁਹਾਡੇ ਤੇ ਕਾਰਵਾਈ ਕਰਨ ਦਾ, ਉਹ ਸਿਆਣਪ ਸੀ ਉਹਨਾਂ ਦੀ। ਇਸ ਕਰਕੇ ਲੱਖੇ ਸਿਧਾਣੇ ਦੀ ਜਾਂ ਕੱਲ ਬਰਨਾਲੇ ਚ ਹੋਈ ਆ ਜਾਂ ਆਪਣੇ ਪੰਜਾਬ ਚ ਹੋਰ ਕਿ ਜਗ੍ਹਾ ਹੋਈਆਂ ਵਾ, ਸਾਡੇ ਇੱਥੇ ਅੰਮ੍ਰਿਤਸਰ ਜ਼ਿਲ੍ਹੇ ਚ ਹੋਈਆਂ, ਤਰਨ ਤਾਰਨ ਜ਼ਿਲ੍ਹੇ ਚ ਹੋਈਆਂ, ਇਹ ਰੈਲੀਆਂ ਕਰਨੀਆਂ ਚਾਹੀਦੀਆਂ ਜ਼ਰੂਰ, ਲੇਕਿਨ ਇਹ ਸੰਕੇਤ ਨਾ ਜਾਵੇ ਕਿ ਇਹ ਮੋਰਚਾ ਸਿਰਫ ਤੇ ਸਿਰਫ ਪੰਜਾਬ ਦਾ ਵਾ, ਪੰਜਾਬ ਚ ਰੈਲੀ ਬਾਕੀ ਕਿਤੇ ਨਹੀਂ ਹੋ ਰਹੀ। ਤੇ
ਚਲੋ ਬਹੁਤ ਵਧੀਆ ਜਿਹੜੀ ਗੱਲ ਹੈ ਉਹ ਰਹੀ ਹੈ, ਪਰ ਜੇਕਰ ਆਪਾਂ ਗੱਲ ਕਰੀਏ ਤਾਂ ਲਗਾਤਾਰ ਭਾਰਤ ਦੇ ਹੋਰਾਂ ਸੂਬਿਆਂ ਦੇ ਵਿੱਚ ਕਿਸਾਨ ਇਕੱਠ ਜਿਹੜਾ ਹੋ ਰਿਹਾ, ਹੁਣ ਗੁਜਰਾਤ ਵੱਲ ਵੀ ਜਿਹੜਾ ਇਹ ਇਕੱਠ ਵੱਧ ਰਿਹਾ ਜੀ। ਗੁਜਰਾਤ ਦੇ ਵਿੱਚ ਇਸ ਵੇਲੇ ਜਿਹੜੇ ਕਿਸਾਨਾਂ ਨੇ ਵਿਰੋਧ ਕੀਤਾ, 120 ਕਿਸਾਨ ਇਸ ਮੋਰਚੇ ਦਾ ਸੰਬੰਧਿਤ ਜ਼ਿਲ੍ਹਾ ਚ, ਸਭ ਤੋਂ ਵੱਧ ਜਿਹੜੇ ਗੁਜਰਾਤ ਜਿਹੜੇ ਕਿਸਾਨ ਪ੍ਰਤੀਨਿਧੀ ਕੀਤੇ ਗਏ ਜੀ। ਹੁਣ ਟਕੈਤ ਸਾਹਿਬ ਨੇ ਕਹਿਤਾ ਵੀ ਮੈਂ ਰਾਜਸਥਾਨ ਤੇ ਰਾਜਸਥਾਨ ਤੋਂ ਮੁੜ ਕੇ ਮੈਂ ਗੁਜਰਾਤ ਜਾ ਰਿਹਾ, ਜੇ ਸਰਕਾਰ ਨੇ ਫੜਨਾ ਤੇ ਫੜਨੇ ਹਾਂਜੀ ਦੇ ਦੇ ਅੰਦਰ ਫੜ ਕੇ। ਉਹਨੇ ਅੱਗੇ ਅਸੀਂ ਗੁਜਰਾਤ ਨੂੰ ਵੀ ਸਟੈਂਡ ਕਰਾਂਗੇ, ਗੁਜਰਾਤ ਦੇ ਵਿੱਚ ਵੀ ਬਰਾਬਰ ਦੇ ਇੱਥੇ ਦੇ ਰੈਲੀਆਂ ਹੋਣਗੀਆਂ, ਮਹਾਂ ਪੰਚਾਇਤਾਂ ਹੋਣਗੀਆਂ, ਖਾਸ ਪੰਚਾਇਤਾਂ ਹੋਣਗੀਆਂ, ਸਰਕਾਰ ਨੂੰ ਦੱਸਾਂਗੇ ਕੀ ਭਾਅ ਚੱਲਦੀ। ਅੱਜ ਦੀ ਡੇਟ ਦੇ ਵਿੱਚ 28 ਸਟੇਟਾਂ ਤੇ ਬਾਕੀ ਯੂਨੀਅਨ ਟੈਰੀਟਰੀ ਸਾਰੀ ਜਗ੍ਹਾ ਤੇ ਇਹ ਜਿਹੜੀ ਮੂਵਮੈਂਟ ਪੁੱਜ ਚੁੱਕੀ ਹੈ ਜੀ। ਉੜੀਸਾ ਦੇ ਵਿੱਚ ਜਿਹੜੀ ਸੀ ਉਸ ਦਿਨ ਜਿਹੜਾ ਰੇਲਾਂ ਰੁਕੀਆਂ ਬੜੀ ਵੱਡੀ ਗਿਣਤੀ ਚ ਲੋਕ ਸਾਹਮਣੇ ਆਏ ਨੇ, ਬਿਹਾਰ ਚ ਆਏ ਨੇ, ਫਿਰ ਪੱਛਮੀ ਬੰਗਾਲ ਚ ਆਏ ਨੇ, ਕਰਨਾਟਕ ਕਿਹੜਾ ਸਟੇਟ ਜਿੱਥੇ ਨਹੀਂ ਆਏ ਜੀ। ਇਸ ਕਰਕੇ ਉਹਨਾਂ ਨੇ ਇੰਨੀ ਗੱਲ ਕਹਿਤੀ ਆ ਕਿ ਅਸੀਂ ਗੁਜਰਾਤ ਜਾ ਕੇ ਜਿਹੜਾ ਮੋਦੀ ਸਾਹਿਬ ਦਾ ਆਪਣਾ ਸਟੇਟ ਆ ਉੱਥੇ ਜਾ ਕੇ ਵੀ ਕਿਸਾਨਾਂ ਨੂੰ ਲਾਮਬੰਦ ਕਰਾਂਗੇ, ਤੇ ਲਾਮਬੰਦ ਕਰਕੇ ਜਿਹੜਾ ਵਾ ਉਹ ਜਿਹੜੇ ਬੰਦੇ ਸਾਡੇ ਫੜੇ ਉਹਨਾਂ ਦੀ ਅਸੀਂ ਮੰਗ ਕਰਾਂਗੇ ਛੱਡਿਆ ਜਾਵੇ ਜੀ। ਉਹਦੇ ਵਾਸਤੇ ਜੀ ਲੋੜ ਪਈ ਤੇ ਮੰਤਰੀਆਂ ਸੰਤਰੀਆਂ ਦੇ ਘਰੋਂ ਵੀ ਕਰਾਂਗੇ ਅਸੀਂ, ਤੇ ਇਹ ਉਹਨਾਂ ਦਾ ਐਲਾਨ ਆ ਟਕੈਤ ਸਾਹਿਬ ਦਾ। ਟਕੈਤ ਸਾਹਿਬ ਇੱਕ ਐਸੋਲੇ ਇਹ ਫਿਗਰ ਨੇ ਮੋਰਚੇ ਦੀ, ਉਹਨਾਂ ਦੇ ਮੂੰਹ ਚੋਂ ਜੇ ਕੋਈ ਲਫ਼ਜ਼ ਨਿਕਲਦਾ ਤੇ ਉੱਤੇ ਸਰਕਾਰ ਜਿਹੜੀ ਗੌਰ ਫਰਮਾਉਂਦੀ ਜੀ ਜੀ। ਹਾਲੀ ਕੇ ਨਰੇਸ਼ ਟਕੈਤ ਇੰਨੀ ਜੁੱਤ ਨਹੀਂ ਮੁੜ ਰਿਹਾ ਜਿੰਨੀ ਜੁੱਤ ਨਾਲ ਰਕੇਸ਼ ਟਕੈਤ ਬੋਲ ਰਿਹਾ। ਉਹ ਤਾਂ ਹੈ ਹੀ ਰਕੇਸ਼ ਹੀ ਬੋਲ ਰਿਹਾ ਜ਼ਿਆਦਾ ਤਾਂ, ਉਹਨੇ ਤੇ ਇੱਥੋਂ ਤੱਕ ਕਹਿਤਾ ਰਕੇਸ਼ ਨੇ ਕੱਲ ਇੱਥੋਂ ਤੱਕ ਕਹਿ ਦਿੱਤਾ ਵੀ ਭਾਈ ਜਿਹੜਾ ਤੋਮਰ ਸਾਹਿਬ ਤੁਸੀਂ ਕਹਿੰਦੇ ਇਹ ਭੀੜ ਇਕੱਠੀ ਹੋਈ ਆ, ਉਹ ਕਹਿੰਦਾ ਭੀੜਾਂ ਹੀ ਇਤਨੀਆਂ ਪੱਤੇ ਪਲਟਦੀਆਂ ਹੁੰਦੀਆਂ, ਭੀੜਾਂ ਹੀ ਪਲਟਦੀਆਂ, ਭੀੜਾਂ ਹੀ ਸਰਕਾਰਾਂ ਬਦਲਦੀਆਂ ਹੁੰਦੀਆਂ ਵਾ। ਕੱਲ ਤੱਕ ਜਿਹੜਾ ਟਕੈਤ ਬੀਜੇਪੀ ਦੇ ਕਹਿ ਕੇ ਮੁਸਲਮਾਨਾਂ ਦੇ ਖਿਲਾਫ਼ ਧੂੰਆਂਦਾਰ ਪ੍ਰਚਾਰ ਕਰਦਾ ਸੀ ਤੇ ਉਹਨਾਂ ਦੇ ਨਾਲ ਅਤਿਆਚਾਰ ਵੀ ਕਰਦਾ ਸੀ, ਅੱਜ ਉਹ ਮੁਸਲਮਾਨ ਜਿਹੜੇ ਮੋਢੇ ਦਾ ਮੋਢਾ ਜੋੜ ਕੇ ਜਿਹੜੇ ਟਕੈਤ ਦਾ ਭਰੇ ਹੋਏ ਜੀ, ਜਿਹਦੇ ਤੋਂ ਬੀਜੇਪੀ ਘਬਰਾਈ ਹੈ। ਹੁਣ ਇਹਦੇ ਨਾਲ ਹੀ ਆਪਾਂ ਜੋੜਦੇ ਇੱਕ ਖ਼ਬਰ ਆਪਣੇ ਨੂੰ ਹੋ ਰਹੇਗੀ ਜਿਹੜੀ ਜੀ, ਇਹਨਾਂ ਦਾ ਸ਼੍ਰੀ ਬਾਲੀਅਨ ਜਿਹੜਾ ਹੈਗਾ ਸੰਸਦ ਮੈਂਬਰ ਉਹ ਆਪਣੇ ਹਲਕੇ ਚ ਖੜ ਗਿਆ, ਉਹ ਸੌਰੋ ਪਿੰਡ ਦੇ ਵਿੱਚ ਗਿਆ ਤੇ ਜਾ ਕੇ ਉੱਥੇ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ, ਇਹ ਨਾਲ ਆਪਣੇ 100 ਉੱਥੇ ਗੁੱਡੇ ਲੈ ਕੇ ਗਿਆ। ਅੱਛਾ ਜੀ, ਜਦੋਂ ਗੁੱਡੇ ਲੈ ਕੇ ਗਿਆ ਕਿਸਾਨਾਂ ਨੇ ਵਿਰੋਧ ਕੀਤਾ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਮੋਰਚਾ ਜਿੰਦਾਬਾਦ, ਮੋਦੀ ਫਰੀਦਾਬਾਦ ਤੇ ਬਾਲੀਨ ਮੁੱਦਾਬਾਦ, ਤੇ ਉਹਨਾਂ ਗੁੱਡਿਆਂ ਨੇ ਡਾਂਗਾਂ ਸੋਟਿਆਂ ਨੇ ਉਹਦੇ ਨੇ ਹਮਲਾ ਕਰ ਦਿੱਤਾ ਜੀ। ਕਿਸਾਨ ਜਿਹੜੇ ਸੀ ਕੁਛ ਲਾਗਲੇ ਘਰਾਂ ਚ ਵੜ ਗਏ ਤੇ ਇਹਨਾਂ ਨੇ ਉਹਨਾਂ ਘਰਾਂ ਦੇ ਬੂਹੇ ਤੋੜ ਕੇ ਘਰਾਂ ਦੀਆਂ ਜਨਾਨੀਆਂ ਨੇ ਵੀ ਕੁੱਟਮਾਰ ਕੀਤੀ ਤੇ ਕਿਸਾਨ ਨੇ ਵੀ ਕੁੱਟਮਾਰ ਕੀਤੀ। ਇੱਕ ਕਿਸਾਨ ਨੂੰ ਗੱਡੀ ਚ ਪਾ ਕੇ ਲੈ ਗਏ, ਉਹ ਕਹਿੰਦਾ ਜੀ ਮੇਰੇ ਸਿਰ ਦਾ ਤੁਸੀਂ ਜਿਹੜਾ ਵਾ MLA ਖਾਓ, ਤੁਹਾਨੂੰ ਪਤਾ ਲੱਗ ਜਾਵੇ ਕਿੰਨੀਆਂ ਸੱਟਾਂ ਲੱਗੀਆਂ ਜੀ। ਇਹ ਬੰਦੇ ਕੌਣ ਨੇ? ਕਹਿੰਦੀ ਪੁਲਿਸ ਨੂੰ ਦਰਸ਼ਨ ਰਹੀ ਆ ਤੇ ਜਿਹੜੇ ਇਹਨਾਂ ਗੁੱਡੇ ਦੇ ਆਉਂਦੇ ਸੀ ਉਹਨਾਂ ਸਾਡੀ ਕੁੱਟਮਾਰ ਕੀਤੀ। ਤੇ ਟਕੈਤ ਨੇ ਇੰਨੀ ਗੱਲ ਕਹੀ ਵੀ ਭਾਈ ਇਹ ਇਹਦੀ ਮਾਫ਼ੀ ਮੰਗੇ, ਨਰੇਸ਼ ਟਕੈਤ ਤੇ ਗੋਵਿੰਦੀ ਝਾੜਵਾ ਸੀਗਾ, ਲੇਕਿਨ ਰਕੇਸ਼ ਟਕੈਤ ਨੇ ਚਿੱਟੇ ਲਫ਼ਜ਼ਾਂ ਨੇ ਕਹਿਤਾ ਵੀ ਬਾਲੀਅਨ ਨੂੰ ਇਹਦੀ ਇਮੀਡੀਏਟਲੀ ਮਾਫ਼ੀ ਮੰਗਣੀ ਚਾਹੀਦੀ, ਅਫਸੋਸ ਪ੍ਰਗਟ ਕਰਨਾ ਚਾਹੀਦਾ ਜੀ ਜੀ। ਉਹਨੇ ABP ਚੈਨਲ ਦੇ ਰਿਪੋਰਟਰ ਨੂੰ ਬੁਲਾ ਕੇ ਬਕਾਇਦਾ ਤੌਰ ਤੇ ਉੱਥੇ ਅਥਰੂ ਆਏ, ਦੇਖੋ ਜੀ ਮੇਰੇ ਕਿਸਾਨ ਨੇ, ਮੇਰੇ ਭਾਈ ਨੇ, ਮੈਂ ਆਪਣੇ ਕਿਸਾਨਾਂ ਕੋਲ ਨੀ ਆਊਂ, ਕਿੱਥੇ ਜਾਊਂਗਾ ਮੈਂ, ਆਇਆ ਜੀ ਮੈਨੂੰ ਨੀ ਪਤਾ ਕੌਣ ਇਹ ਤੇ ਉਹਦੇ ਬੰਦੇ ਆਰ ਐਲ ਜੀ ਦੇ ਲੋਕਦਲ ਦੇ ਬੰਦੇ ਜਿਹਨੇ ਕੁੱਟਮਾਰ ਕੀਤੀ ਉਹ ਗੜਬੜ ਕਰਦੇ ਨੇ,
ਉਹਨਾਂ ਦੇ ਉਹਦੇ ਦੋਸ਼ ਲਾਈ ਜਾਂਦਾ ਵਾ। ਲੇਕਿਨ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨੀ ਵੀ ਜਿਹੜੇ ਬੀਜੇਪੀ ਦੇ ਇਹ ਸੰਸਦ ਮੈਂਬਰ ਸੀ ਉਹ ਗੁੰਡੇ ਲੈ ਕੇ ਗਿਆ, ਗੁੰਡਿਆਂ ਨੇ ਜਾ ਕੇ ਗੁੰਡਾਗਰਦੀ ਕੀਤੀ ਵੀ ਇਹਨਾਂ ਦੀ ਲੜਾਈ ਝਗੜਾ ਕਰੋ, ਸੱਟਾਂ ਲੱਗਣ, ਪਰਚੇ ਦਰਜ ਹੋਣ ਤੇ ਇਹ ਮੂਵਮੈਂਟ ਜਿਹੜੀ ਦੂਜੇ ਪਾਸੇ ਚੱਲਦੀ। ਜੀ ਜੀ ਜੀ, ਤੁਹਾਨੂੰ ਪਤਾ ਹੋਏਗਾ ਜਿਹੜਾ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹਨੂੰ ਇਹ ਆਪਣਾ ਲੋਹ ਪੁਰਸ਼ ਮੰਨਦੇ ਆ, ਉਹ ਕਹਿੰਦੇ ਸਾਡਾ ਲੋਹ ਪੁਰਸ਼, ਉਹਨੇ ਕੀ ਕਿਹਾ ਸੀ, ਉਹਨੇ ਕਿਹਾ ਤੁਸੀਂ ਕੋਈ ਪੰਚਾਇਤ ਨਾ ਕਰੋ, ਕੁਛ ਨਾ ਕਰੋ, ਆਪੋ ਆਪਣੇ ਹਲਕਿਆਂ ਜਾ ਕੇ ਲੋਕਾਂ ਨੂੰ ਕਾਨੂੰਨਾਂ ਬਾਰੇ ਦੱਸੋ, ਜਿੱਥੇ ਵੀ ਜਾਂਦੇ ਉੱਥੇ ਵਿਰੋਧ ਹੁੰਦਾ। ਫਿਰ ਜਦੋਂ ਉੱਥੇ ਵੱਡੀ ਗਿਣਤੀ ਕਿਸਾਨ ਆ ਕੇ ਉੱਥੇ ਭੱਜਣਾ ਪਿਆ। ਇਸ ਕਰਕੇ ਇਹ ਜਿਹੜੀ ਮੂਵਮੈਂਟ ਜਿਹੜੀ ਆ ਨਾ ਉਹ ਬੜੀ ਹੋਰ ਰੂਪ ਧਾਰਨ ਕਰ ਚੁੱਕੀ ਆ। ਲੇਕਿਨ ਕਿਸਾਨਾਂ ਨੂੰ ਇਹ ਸੋਚਣਾ ਪਊਗਾ ਵੀ ਜਿਹੜੀ ਵੀ ਗੱਲ ਕਰਨੀ ਸ਼ਾਂਤਮਈ ਤਰੀਕੇ ਨਾਲ ਕਰਨੀ, ਕਿਸੇ ਪ੍ਰਕਾਰ ਦੀ ਜਿਹੜੀ ਪ੍ਰਕਾਟ ਨੀ ਪੈਦਾ ਕਰਨੀ, ਉਹ ਪ੍ਰਕਾਟ ਪੈਦਾ ਕਰ ਰਿਹਾ। ਹਾਂ ਬਿਲਕੁਲ, ਉਹ ਤਾਂ ਪੂਰੀ ਕੋਸ਼ਿਸ਼ ਹੈ ਜੀ। ਹਰਿਆਣੇ ਦੇ ਵਿੱਚ ਇਹਨਾਂ ਆਪਣੀ ਮੀਟਿੰਗ ਕੀਤੀ ਭਾਜਪਾਈਆਂ ਨੇ ਤੇ ਉਹ ਮੰਤਰੀ ਨੂੰ ਕਹਿੰਦਾ ਵਾ ਸਾਨੂੰ ਕਿਸਾਨਾਂ ਨੂੰ ਭੜਕਾਉਣ ਦਾ ਕੋਈ ਗੁਰਮੰਤਰ ਦਿਓ ਜੀ, ਸਾਨੂੰ ਵੀ ਸਮਝ ਨਹੀਂ ਕੀ ਕਰੀਏ, ਜਿੱਥੇ ਸਾਡਾ ਵਿਰੋਧ ਹੁੰਦਾ ਵਾ। ਤੇ ਮੰਤਰੀ ਕਹਿੰਦਾ ਦੱਸੋ ਮੈਂ ਗੁਰਮੰਤਰ ਕੀ ਦੇਵਾਂ, ਮੈਨੂੰ ਤੇ ਆਪ ਅੱਗੇ ਜਿਹੜਾ ਭਜਾ ਦਿੰਦੇ, ਮੈਂ ਤੁਹਾਨੂੰ ਗੁਰਮੰਤਰ ਕੀ ਦੇਵਾਂ ਜੀ। ਹੁਣ ਗੁਰਮੰਤਰ ਦੇ ਲੋਹ ਪੁਰਸ਼ ਉਹ ਕੀ ਦਿੰਦੇ ਆ, ਉਹ ਤਾਂ ਬੰਗਾਲ ਦੀਆਂ ਚੋਣਾਂ ਤੋਂ ਵੱਧ, ਕਿਉਂਕਿ ਅੱਜ ਕੱਲ੍ਹ ਉਹ ਬੰਗਾਲ ਦੀਆਂ ਚੋਣਾਂ ਚ ਬੜੇ ਵਿਅਸਤ। ਹੁਣ ਵੇਖੋ ਨਾ ਕਿਹਨੇ ਪਸੰਦ ਸਿਆਸਤ ਤੁਰ ਜਾਂਦੀ ਆ। ਉਬਲੀ ਜੀ ਗਏ ਨੇ ਸਾਡੇ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਜੀ, ਬਾਅਦ ਚ ਟੀ ਐਮ ਸੀ ਦੇ ਵਰਕਰਾਂ ਨੇ ਉਹ ਜਗ੍ਹਾ ਧੋਤੀ, ਸਪਿੱਤਰ ਕੀਤਾ ਨਹੀਂ ਜੀ ਉਹਨਾਂ ਦੀ ਗੰਦੀ ਕਰਕੇ, ਇਹ ਕਿੱਧਰ ਨੂੰ ਗੱਲ ਜਾਂਦੀ, ਦੱਸੋ ਕਿੱਧਰ ਨੂੰ ਗੱਲ ਜਾਂਦੀ, ਇਹ ਕੋਈ ਸਿਆਸਤ ਹੋ ਰਹੀ ਹੈ। ਸਿਆਸਤ ਦਾ ਮਤਲਬ ਹੁੰਦਾ ਕੋਈ ਸਿਆਣੀ ਗੱਲ ਕਰੋ, ਤੁਸੀਂ ਵੀ ਕਮਲੀਆਂ ਮਾਰੀ ਜਾਂਦੇ ਹੋ ਆਪ ਜੀ। ਲੇਕਿਨ ਬੀਬੀ ਜਿਹੜੀ ਆ ਟੀ ਐਮ ਸੀ ਵਾਲੀ ਉਹਨੇ ਹਾਲ ਦੀ ਕਰੀ, ਇਹਨਾਂ ਨੂੰ ਪਰਚੂ ਪਾਇਆ, ਇਹ ਭੱਜੇ ਸੱਜੇ ਵੀ ਕਿਸੇ ਚਿੱਕ ਨਾ ਪੱਛਮੀ ਬੰਗਾਲ ਸਾਡੇ ਕਬਜ਼ੇ ਚ ਆ ਜੇ, ਉਹ ਜੇ ਈਵੀਐਮ ਦਾ ਬਾਬਾ ਜਿਹੜਾ ਵਾ ਉਹ ਭਾਵੇਂ ਇਹਨੂੰ ਲਿਆ ਦੇਵੇ, ਉਦਾਂ ਤੇ ਸ਼ਾਇਦ ਬੀਬੀ ਲੱਗ ਗਿਆ। ਨਹੀਂ ਨਹੀਂ, ਨੇੜੇ ਹੀ ਲੱਗਣ ਦੇ, ਮੈਨੂੰ ਨੀ ਲੱਗਦਾ ਨੇੜੇ ਲੱਗਣ ਦੇਊਗੀ। ਹਾਂਜੀ ਹਾਂਜੀ, ਤੇ ਇਹ ਹਾਲਾਤ ਇੱਦਾਂ ਦੇ ਬਣੇ ਤੇ ਇਹ ਹੁਣ ਵੇਖੋ ਅਗਲੀ ਕਹਿੰਦੇ ਖੁਦ ਕਰ ਲਈ ਆਪਾਂ ਨਾਲ। ਹੁਣ ਜਿਹੜੇ ਮੈਟਰੋਮੈਨ ਸ਼੍ਰੀ ਧਰਮ ਜੀ, ਮੈਟਰੋਮੈਨ ਜਿਹਨੇ ਹਿੰਦੁਸਤਾਨੀ ਕਈ ਹੋਰ ਕੰਟਰੀ ਦੇ ਵਿੱਚ ਜਾ ਕੇ ਮੈਟਰੋ ਸ਼ੁਰੂ ਕਰਾਈ, ਉਹ 89 ਸਾਲ ਦੀ ਉਮਰ ਵਿੱਚ 2011 ਚ ਰਿਟਾਇਰ ਹੋਇਆ ਵਾ ਜੀ। 56 ਸਾਲ ਦੀ ਬੰਦਾ ਰਿਟਾਇਰ ਹੋ ਜਾਂਦਾ, ਉਹ 21 ਸਾਲ ਬਾਅਦ ਰਿਟਾਇਰ ਹੋਇਆ। 10 ਸਾਲ ਉਹਨੂੰ ਰਿਟਾਇਰ ਹੋਏ ਨੀ ਹੋਗੀ, ਉਹ ਕੇਰਲਾ ਚ ਰਿਹਾ ਤੇ ਉਹਨੇ ਜਿਹੜਾ ਵਾ ਕੱਲ ਬੀਜੇਪੀ ਜੁਆਇਨ ਕੀਤੀ, ਨਾਲ ਉਹ ਸੁਪਨੇ ਲੈ ਰਿਹਾ ਵਾ ਕਿਰਨ ਬੇਦੀ ਵਾਂਗੂ ਵੀ ਮੈਨੂੰ ਜੀ ਤੁਸੀਂ ਰਾਜਪਾਲ ਨੀ ਇੱਥੋਂ ਦਾ ਮੁੱਖ ਮੰਤਰੀ ਬਣਾਓ ਕੇਰਲਾ ਤੇ ਬਣਾਉਣਾ। ਅੱਜ ਉਹਦੀ 99-90 ਸਾਲ ਦੀ ਉਮਰ ਆ, ਕਬਰ ਤੇ ਲੱਤਾਂ ਤੇ ਉਹ ਕਹਿੰਦੇ ਮੁੱਖ ਮੰਤਰੀ ਬਣਾਓ, ਜਦੋਂ ਕਿ ਜਿਹੜੀ ਬੀਜੇਪੀ ਉਹ ਕਹਿੰਦੇ ਸਾਡੇ ਤੋਂ 75 ਸਾਲ ਦਾ ਬੰਦਾ ਹੋ ਜਾਵੇ ਨਾ ਉਹਨੂੰ ਅਸੀਂ ਮਾਰਗ ਦਰਸ਼ਕ ਮੰਡਲ ਚ ਭੇਜਦੇ ਹਾਂ, ਭੇਜੀ ਸਾਰੇ ਹੈਗੇ ਨਾ ਅੱਗੇ। ਇਸ ਕਰਕੇ ਉਹ ਵਿਅਕਤੀ ਕਹਿੰਦਾ ਕਿ ਤੁਸੀਂ ਕੇਰਲਾ ਚ ਮੈਨੂੰ ਮੁੱਖ ਮੰਤਰੀ ਤੁਸੀਂ ਬਣਾਉਣਾ ਚਾਹੁੰਦੇ, ਬਣਾਓ, ਮੈਂ ਬਣ ਲਈ ਤਿਆਰ ਜੀ। ਜਿਸ ਮੈਟਰੋ ਮੈਨ ਨੇ ਦੁਨੀਆਂ ਦੇ ਵਿੱਚ ਜਿਹੜੀ ਸੀ ਉਹ ਵਾਹ ਵਾਹ ਖੱਟੀ, ਕਿਸੇ ਵੇਲੇ ਉਹ ਆਪਣੇ ਕੰਮ ਕਾਰ ਦੇ ਵਿੱਚ ਕੋਈ ਪੋਲੀਟੀਕਲ ਬੰਦਾ ਇੰਟਰਫੀਅਰ ਕਰਦਾ ਸੀ, ਗੁੱਸਾ ਕਰਦਾ ਸੀ ਤੁਸੀਂ ਮੇਰੇ ਇੰਟਰਫੀਅਰ ਕਿਉਂ ਕਰ ਰਹੇ ਹੋ, ਅੱਜ ਉਹਨਾਂ ਪੂਰੀ ਪੋਲੀਟੀਕਲ ਲੀਡਰਾਂ ਦੇ ਚਰਨੀ ਜਾ ਕੇ ਲੱਗਾ ਸੜਕਾਂ ਜੀ। 99 ਸਾਲ ਦੀ ਉਮਰ ਆ, ਪਤਾ ਨੀ ਦੂਜਾ ਸੱਤ ਨੂੰ ਆਉਣਾ ਕਿ ਨਹੀਂ ਆਉਣਾ, ਕਿਹੜੀ ਗੱਲ ਨੂੰ ਪਿਆ ਤੂੰ ਕਹਿੰਦਾ ਨਹੀਂ ਜੀ ਮੈਂ ਇਸ ਗੱਲ ਨੀ ਕਰਦਾ, ਮੈਂ ਹਮਨੁੱਖਤਾ ਦੀ ਗੱਲ ਕਰਦਾ ਜੀ, ਮੈਂ ਹਮਨੁੱਖੀ ਦੀ ਗੱਲ ਕਰਦਾ, ਮੈਨੂੰ ਹੋਰ ਕਿਸੇ ਚੀਜ਼ ਦੀ ਕੋਈ ਲੋੜ ਨੀ ਹੈਗੀ, ਠੀਕ ਹੈ, ਮੈਂ ਬੀਜੇਪੀ ਸ਼ਾਮਿਲ ਨਹੀਂ ਹੋਣਾ, ਮੈਂ ਤੁਹਾਡੇ ਨਾਲ ਆ,
ਮੈਂ ਦੇਸ਼ ਦੇ ਨਾਲ ਚੰਗੀ ਗੱਲ ਸੀ ਕਿ ਨਿਕਲ ਕਹਿੰਦਾ ਬੀਬੀ ਬੀਜੇਪੀ ਸ਼ਾਮਿਲ ਹੋ ਕੇ ਤੁਹਾਡੇ ਕੀ ਕਹਿੰਦੇ ਨੇ ਆਪਣੇ ਜਿਹੜੇ ਹੈਗੇ ਆ ਆਪਣੇ ਗਾਇਕ ਕੀ ਲੈਂਦਾ ਹੰਸਰਾਜ ਕੀ ਕਹਿੰਦੇ ਆ ਉਹ ਕਹਿੰਦੇ ਆ ਵੀ ਮੇਰੀ ਘਰ ਦੇ ਸਾਹਮਣੇ ਸੱਤ ਸੱਤ ਅੱਠ ਅੱਠ ਗੱਡੀਆਂ ਰੈਡ ਚੇਂਜਿੰਗ ਹੁੰਦੀਆਂ ਹੁੰਦੀਆਂ ਤੇ ਜਦੋਂ ਦਾ ਮੈਂ ਸਿਆਸਤ ਆਇਆ ਮਤਲਬ ਜੁੱਤੀਆਂ ਨਸੀਬ ਹੋਈਆਂ ਮਾਨ ਸਤਿਕਾਰ ਨੀ ਹੋਇਆ ਆਦਿ ਕਹੀ ਜਾਂਦੇ ਹੋ ਕਹਿੰਦੇ ਉਹ ਜਿਹੜੇ ਹੁੰਦੇ ਸੀ ਵੀ ਮੈਂ ਬੋਲਦਾ ਹੁੰਦਾ ਸੀ ਗਾ ਕੇ ਉਹਨਾਂ ਤੇ ਗੋਡੇ ਗੋਡੇ ਤੱਕ ਮੇਰੇ ਲੋਕ ਜਿਹੜੇ ਸੀ ਉਹ ਡਾਦਰ ਭਰ ਦਿੰਦੇ ਸੀ ਤੇ ਮੈਂ ਆਪਣੀ ਘਰ ਦੇ ਗੇੜੋ ਕਿ ਮੈਂ ਥੱਕ ਗਈ ਬਾਕੀ ਗੱਲ ਕਰਾਂ ਇੰਨਾ ਮਾਨ ਸਤਿਕਾਰ ਦਿੱਤਾ ਕਹਿੰਦਾ ਸਿਆਸਤ ਦੇ ਆਗੇ ਤੇ ਆ ਕੇ ਤੇ ਮੈਨੂੰ ਇੱਥੇ ਚਿੱਠੀ ਚੱਲੇ ਬਾਕੀ ਮਿਲੇ ਹੀ ਨਹੀਂ ਤੇ ਛੱਡਦੇ ਭਾਈ ਫਿਰ ਮਗਲਾ ਮਾਫ਼ੀ ਸੰਸਥਾ ਕੋਲ ਮੈਂ ਛੱਡਤੀ ਸੀ ਮੈਂ ਤੁਹਾਡੇ 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 ਹੀ ਚੱਲ ਜਾਵਾਂਗੇ ਵਾਪਸ ਛੱਡਣੀ ਵੀ ਨੀ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਛੱਡਣ ਦਾ ਕਿਹਨੂੰ ਜੀ ਕਰਦਾ ਜੀ ਤੇ ਹੁਣ ਆਪਾਂ ਗੱਲ ਕਰ ਲਈਏ ਬਰਨਾਲਾ ਵਿੱਚ ਹੋਈ ਮਹਾਂਪੰਚਾਇਤ ਦੀ ਕਹਿੰਦੇ ਬੜੀ ਦੂਰ ਤੱਕ ਧੁੰਮਾਂ ਪਾ ਦਿੱਤੀਆਂ ਨੇ ਵੇਖੋ ਜੀ ਜਿਹੜੀ ਬਰਨਾਲਾ ਦੀ ਰੈਲੀ ਹੋਈ ਆ ਜੀ ਬੜੀ ਵੱਡੀ ਰੈਲੀ ਉਸ ਦੇ ਵਿੱਚ ਤੁਸੀਂ ਵੇਖੋ ਨਾ ਮੈਂ ਆਪਣੀ ਗੱਲ ਨਹੀਂ ਕਰਦਾ ਜਿਹੜੀ ਮਤਲਬ ਉੱਥੋਂ ਦੀਆਂ ਰਿਪੋਰਟਾਂ ਆਈਆਂ ਉਹਨਾਂ ਨੇ ਇੱਕ ਦਾਅਵਾ ਕੀਤਾ ਸੀ ਗੁਰਾਂ ਸਾਹਿਬ ਦੇ ਵੀ ਇੱਥੇ ਇੱਕ ਲੱਖ ਬੀਬੀਆਂ ਆਈਆਂ ਜੀ ਲੇਕਿਨ ਉੱਥੋਂ ਦੀਆਂ ਏਜੰਸੀਆਂ ਕਹਿੰਦੀਆਂ ਵੀ 50 ਤੋਂ ਲੈ ਕੇ 60,000 ਬੀਬੀਆਂ ਜਿਹੜੀਆਂ ਆਪਣੇ ਕਿਸਾਨੀ ਦੁਪੱਟੇ ਸਿਰਾਂ ਤੇ ਲੈ ਕੇ ਬੈਠੀਆਂ ਉਸ ਚੀਜ਼ ਨੂੰ ਵਿਦੇਸ਼ੀ ਅਖ਼ਬਾਰਾਂ ਨੇ ਬਹੁਤ ਜਾਰੀ ਖਾ ਦਿੱਤੀ ਜੀ ਇਸ ਵੇਲੇ ਇੰਡੀਆ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਔਰਤਾਂ ਜਿਹੜੀਆਂ ਉਹ ਕਿਸਾਨ ਔਰਤਾਂ ਜਿਹੜੀਆਂ ਮੋਢੇ ਦਾ ਮੋਢਾ ਜੋੜ ਕੇ ਲੜ ਰਹੀਆਂ ਇਹ ਗੱਲ ਪ੍ਰੋਫੈਸਰ ਪ੍ਰੀਤਮ ਸਿੰਘ ਆਕਸਫੋਰਡ ਵਾਲੇ ਕਹੀ ਆ ਕਿ ਪਹਿਲੀ ਵਾਰੀ ਹੋਇਆ ਕਿ ਕਿਸੇ ਅੰਦੋਲਨ ਦੇ ਵਿੱਚ ਇੰਨੀ ਵੱਡੀ ਗਿਣਤੀ ਚ ਬੀਬੀਆਂ ਦੀ ਸ਼ਮੂਲੀਅਤ ਹੋਈ ਜੀ ਕਹਿੰਦਾ ਇਹਦੇ ਤੇ ਅਸੀਂ ਅੱਜ ਡਿਸਕਸ ਕਰਦੇ ਇੱਥੇ ਬਹਿ ਕੇ ਆਪਣੇ ਇੰਗਲੈਂਡ ਚ ਬਹਿ ਕੇ ਡਿਸਕਸ ਕਰਦੇ ਯੂਨੀਵਰਸਿਟੀ ਸਾਰੀ ਡਿਸਕਸ਼ਨ ਇੱਥੇ ਹੁੰਦੀ ਹੈ ਕਿ ਬੀਬੀਆਂ ਉੱਥੇ ਇੰਨੀ ਵੱਡੀ ਗਿਣਤੀ ਵੀ ਕਿਵੇਂ ਆ ਰਹੀਆਂ ਨੇ ਕਿਉਂ ਆ ਰਹੀਆਂ ਨੇ ਇੰਨੀ ਆਜ਼ਾਦੀ ਇੰਡੀਆ ਚ ਨੂੰ ਹੈਗੀ ਉਦੋਂ ਦੱਸੀਗਾ ਕਿ ਸਾਡੇ ਸਿੱਖ ਧਰਮ ਦੇ ਸਾਡੇ ਬਾਬੇ ਨਾਨਕ ਦੇ ਇਕੁਐਲਿਟੀ ਦਿੱਤੀ ਹੈ ਵੀ ਔਰਤ ਤੇ ਮਰਦ ਦੇ ਵਿੱਚ ਕੋਈ ਫਰਕ ਨਹੀਂ ਗਿਆ ਹੁਣ ਉਹ ਕਹਿੰਦਾ ਵੀ ਇੱਥੋਂ ਦੀ ਜਿਹੜੀ ਬਰਨਾਲੇ ਦੀ ਰੈਲੀ ਵੇਖਣ ਤੋਂ ਬਾਅਦ ਜਦੋਂ ਉਹ ਰੇਡੀਓ ਵੇਖੀਆਂ ਨੇ ਉਹ ਗੱਲਾਂ ਬਾਤਾਂ ਸੁਣੀਆਂ ਤੇ ਇੰਗਲੈਂਡ ਦੇ ਛੋਟੇ ਕਿਸਾਨ ਜਿਹੜੇ ਉਹ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਅੱਛਾ ਜੀ ਉਹਨਾਂ ਦੀ ਮੀਟਿੰਗਾਂ ਸ਼ੁਰੂ ਕਰਦੀਆਂ ਵੀ ਆਪਾਂ ਵੀ ਅੰਦੋਲਨ ਸ਼ੁਰੂ ਕਰ ਦਈਏ ਅਮਰੀਕਾ ਦੇ ਵਿੱਚ ਵੀ ਹੋ ਰਹੀ ਹੈ ਆਪਸੀ ਵਿੱਚ ਵੀ ਹੋ ਰਹੀ ਹੈ ਵੀ ਆਪਾਂ ਜਿਹੜੀ ਮੂਵਮੈਂਟ ਸ਼ੁਰੂ ਕਰੀਏ ਜੀ ਤੇ ਗੱਲ ਵੀ ਦਾਦੇ ਵਾਲੀ ਹੈ ਸਹੀ ਆ ਜਿੰਨਾ ਜਦੋਂ ਇਹ ਵਰਲਡ ਲੈਵਲ ਤੇ ਕੌਮਾਂਤਰੀ ਪੱਧਰ ਦੀ ਮੂਵਮੈਂਟ ਜਾਏਗੀ ਨਾ ਬਹੁਤ ਬੜਾ ਫਰਕ ਪੈ ਜਾਣਾ ਜੀ ਕੌਮਾਂਤਰੀ ਪੱਧਰ ਦੇ ਮੂਵਮੈਂਟ ਤੇ ਬਣ ਚੁੱਕੀ ਹੈ ਕੁਛ ਅੱਕਲ ਦੀ ਗੱਲ ਨਹੀਂ ਹੈਗੀ ਲੇਕਿਨ ਜਦੋਂ ਇਹ ਮੂਵਮੈਂਟ ਇਸੇ ਤਰ੍ਹਾਂ ਬਾਕੀ ਕੰਟਰੀ ਜਾਏਗਾ ਤੇ ਫਿਰ WTO ਨੂੰ ਝੁਕਣਾ ਪਏਗਾ ਝੁਕਣਾ ਪਏਗਾ ਜੀ ਫਿਰ ਉਹਨੂੰ ਕਹਿਣਾ ਪਏਗਾ ਨਹੀਂ ਵੀ ਤੁਸੀਂ ਆਪੋ ਆਪਣੀ ਸੜਕ ਆਪਣਾ ਫੈਸਲਾ ਆਪ ਲੈ ਲਵੇ ਅੱਜ ਤੇ ਸਿਰਫ ਇਹ ਕਹਿੰਦੇ ਨੇ ਵੀ ਵੇਖੋ ਜੀ ਜੇ ਅਸੀਂ ਕਿਤੇ ਇਹਨਾਂ ਦੀ WTO ਦੀ ਆਖੀ ਨਾ ਮੰਨੀ ਸਾਨੂੰ ਫੰਡ ਬੰਦ ਹੋ ਜਾਣਗੇ ਸਾਡੇ ਤੇ ਕੋਈ ਰੋਕਾਂ ਲੱਗ ਜਾਣਗੀਆਂ ਤੇ ਕਿਸਾਨ ਕਹਿੰਦਾ ਸਾਡੀ ਏਡੇ ਗੁੜੀ ਹੈਗੀ ਤੁਹਾਡੀ ਸਰਦਰਦੀ ਆ ਤੁਹਾਡੀ ਸਰਦਰਦੀ ਤੁਸੀਂ ਕੀ ਕਰਨਾ ਸਾਨੂੰ ਸਾਡਾ ਹੱਕ ਚਾਹੀਦਾ ਸਾਨੂੰ ਇਨਸਾਫ਼ ਦੇ ਤੁਸੀਂ ਕੰਮ ਚਲ ਜਾਂਦੇ ਉੱਠ ਕੇ ਅਸੀਂ ਤੇ ਕਹਿੰਦੇ ਆ ਕਾਨੂੰਨ ਰੱਦ ਕਰ ਦੋ MSP ਦੇ ਕਾਨੂੰਨ ਰੱਦ ਬਾਕੀ ਦੀ ਗੱਲ ਸੰਚੀ ਹੈ ਕੋਈ ਨੀ ਜੀ 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 ਬਾਕੀ ਗੱਲਾਂ ਤੇ ਬਾਅਦ ਵੀ ਹੈਗੀਆਂ ਇਸੇ ਕਰਕੇ ਇਹ ਮੂਵਮੈਂਟ ਜਿਹੜੀ ਵੱਡੀ ਬਣਦੀ ਜਾ ਰਹੀ ਤੇ ਬਰਨਾਲੇ ਦੀ ਜਿਹੜੀ ਰੈਲੀ ਆ ਇਹ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੇ ਇੱਕ ਇੰਟਰਵਿਊ ਸੁਣ ਲਿਆ ਸੀ ਉਹਦੇ ਚ ਇੰਨੀ ਗੱਲ ਕਹੀ ਹੈ ਜੀ
ਉਹ ਕੌਮਾਂਤਰੀ ਪੱਧਰ ਦੇ ਨੇ ਬੁੱਧੀਜੀ ਵਰਗੇ ਦੇ, ਉਹਨੇ ਇੰਨੀ ਗੱਲ ਕੀਤੀ ਵੀ ਇਹ ਰੈਲੀ ਜਿਹੜੀ ਆ ਇੱਕ ਬੜੀ ਵਿਲੱਖਣ ਪ੍ਰਕਾਰ ਦੀ ਸੀ। ਉਹ ਇਕੱਠ ਵੇਖ ਕੇ, ਬੀਬੀਆਂ ਵੇਖ ਕੇ, ਲੋਕ ਵੇਖ ਕੇ, ਧੂਆਂ ਤਾਜੇ ਜੀਦਾਂ ਦੀਆਂ ਪ੍ਰਚਾਰ ਵੇਖ ਕੇ, ਉਹਦੀਆਂ ਗੱਲਾਂ ਸੁਣ ਕੇ ਵਰਲਡ ਦੇ ਕਿਸਾਨ ਅਜੇ ਇੱਕ ਮੰਚ ਤੇ ਇਕੱਠੇ ਹੋ ਰਿਹਾ ਤੇ ਇਸ ਵੇਲੇ ਤੁਹਾਡੇ ਡਿਊਟੀ ਵਾਲੇ ਘਬਰਾਏ ਪਏ ਨੇ ਵੀ ਜੇ ਇਹ ਇਕੱਠੇ ਹੋ ਗਏ ਤੇ ਫਿਰ ਅਸੀਂ ਕਿੱਧਰ ਨੂੰ ਜਾਣਾ ਜੀ। ਕਿਆ ਜੀ, ਜੇ ਹੋ ਜੇ ਕੰਮ ਤਾਂ ਕਿਆ ਬਾਤਾਂ, ਇੱਥੇ ਪਹੁੰਚ ਜਾਈਏ ਤਾਂ ਜੀ। ਪਰ ਦੇਖੋ ਇਹੋ ਜਿਹੇ ਵੀ ਸਾਡੇ ਕਿਸਾਨ ਆਗੂ ਨੇ ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਧੰਨਵਾਦ ਕਹਿੰਦੇ ਆ, ਪ੍ਰਾਣ ਤਿਆਗ ਰਹੇ ਨੇ। ਕਿੱਥੋਂ ਦੀ ਘਟਨਾ ਜੀ, ਕੌਣ ਸਨ ਇਹ ਆਗੂ? ਇਹ ਜੀ ਦਤਾਰ ਸਿੰਘ ਸੀ, ਬੜੇ ਮਜ਼ਬੂਤ ਆਗੂ ਸੀ ਜੀ, ਬਹੁਤ ਮਜ਼ਬੂਤ ਬੰਦਾ ਸੀ। ਇਹਦੇ ਨਾਲ ਮੈਂ ਕੰਮ ਕੀਤਾ ਥੋੜਾ, ਤੇਰੇ ਬੜਾ ਮਿਹਨਤੀ ਬਣਾ ਸੀ। ਰਾਤ ਦੇ 12-12 ਵਿੱਚ ਉੱਤਰੇ ਫਿਰਨਾ ਕੰਮ ਕਰਦੇ ਜੀ। ਇਹ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਨ। ਇਹਨਾਂ ਨੇ ਕੀ ਹੋਇਆ, ਇਹਨਾਂ ਦੇ ਜਿਹੜੇ ਪੁਰਾਣੇ ਹੈਗੇ ਸੀ ਉਜਾਗਰ ਸਿੰਘ ਜੀ, ਜੇ ਉਜਾਗਰ ਸਿੰਘ ਖਤਰਾਏ ਕਲਾ, ਉਹਨਾਂ ਦੀ ਬਰਸੀ ਸੀ। ਬਰਸੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹ ਵਿਰਸਾ ਵਿਹਾਰ ਦੇ ਵਿੱਚ ਸੰਬੋਧਨ ਕਰ ਰਹੇ ਸੀ ਜੀ। ਤੇ ਡਾਕਟਰ ਵਿਸ਼ਾਲ ਕੁਮਾਰ ਤੋਂ ਬਾਅਦ ਇਹਨਾਂ ਦੀ ਵਾਰੀ ਆਈ ਤੇ ਡਾਇਸ ਤੇ ਆਏ, ਇਹਨਾਂ ਆਪਣੀ ਪੂਰੀ ਧੂਆਂ ਤਾਰ ਇੱਕ ਦੇ ਜੋਗਾ ਸਪੀਚ ਕੀਤੀ। ਤੁਹਾਨੂੰ ਇਹ ਵੀ ਕਹਿ ਦਿਆਂ ਵੀ ਜਿਹੜੀਆਂ 32 ਜਥੇਬੰਦੀਆਂ ਸਾਡੀਆਂ ਕਿਸਾਨ ਮੋਰਚੇ ਜੀ, ਉਹਨਾਂ ਤੋਂ ਇੱਕ ਕਾਬੂ ਇਹ ਸੀ ਜੀ, ਕਿਰਤੀ ਕਿਸਾਨ ਯੂਨੀਅਨ ਦੇ ਮਾਸਟਰ ਦਤਾਰ ਸਿੰਘ। ਮਾਸਟਰ ਦਤਾਰ ਸਿੰਘ ਜਿਹੜਾ ਸੀ ਬੇਸਿਕਲੀ ਟੀਚਰ ਸੀ, ਤੇ 1980 ਵਿੱਚ ਡੈਮੋਕਰੇਟ ਟੀਚਰ ਫੰਡ ਬਣਾਇਆ ਸੀ ਤੇ ਉਹਦੇ ਪ੍ਰਧਾਨ ਸੀ, ਤੇ ਉੱਥੇ ਕਾਫੀ ਕੰਮ ਕੀਤਾ ਸੀ ਟੀਚਰਾਂ ਵਾਸਤੇ ਜੀ। ਹੁਣ ਇਹ ਜਦੋਂ ਇੱਥੇ ਸੰਬੋਧਨ ਕਰਨ ਲੱਗੇ, ਆਪਣੇ ਆਗੂ ਨੂੰ ਸ਼ਰਧਾਂਜਲੀ ਭੇਟ ਕਰਦੇ ਪਿੰਡ ਚੋਂ ਅਖੀਰ ਤੇ ਆਏ, ਇਹ ਕਹਿੰਦੇ ਜੀ ਹੁਣ ਵੇਖੋ ਜੀ ਮੇਰਾ ਸਮਾਂ ਖਤਮ ਹੋ ਗਿਆ। ਕਹਿਣ ਤੋਂ ਭਾਵ ਸੀ ਵੀ ਮੇਰੇ ਜਿੱਦਾਂ ਤੁਸੀਂ ਸਮਾਂ ਦਿੱਤਾ ਸੀ 7-8 ਮਿੰਟ ਮੇਰਾ ਸਮਾਂ ਖਤਮ ਹੋ ਗਿਆ। ਅੱਛਾ ਜੀ, ਲੇਕਿਨ ਕੁਦਰਤ ਨੂੰ ਇਹ ਮਜਬੂਰ ਨੀ ਸੀਗਾ, ਉਹ ਕਹਿੰਦਾ ਤੇਰਾ ਦੁਨੀਆਂ ਤੋਂ ਸਮਾਂ ਖਤਮ ਹੋ ਗਿਆ। ਅੱਛਾ, ਇਹ ਉੱਥੇ ਜਦੋਂ ਇੰਨੀ ਗੱਲ ਕਹਿ ਕੇ ਥੱਲੇ ਉਤਰੇ, ਮੇਰੇ ਕੁਰਸੀ ਤੇ ਡਿੱਗ ਪਏ ਨੇ। ਡਿੱਗ ਤੋਂ ਬਾਅਦ ਫਿਰ ਇਹਨੂੰ ਚੁੱਕਿਆ ਗਿਆ, ਚੁੱਕ ਕੇ ਹੌਸਪੀਟਲ ਲੈ ਕੇ, ਤੇ ਕਹਿੰਦੇ ਕਿ ਉਹਨੂੰ ਹਾਰਟ ਅਟੈਕ ਨਾਲ ਇਹਦੀ ਡੈਥ ਹੋ ਗਈ। ਬੜੀ ਮੰਦਭਾਗੀ ਫਰ ਸੀ ਉਸੇ ਵਾਲੀ ਕਿਸਾਨ ਮੋਰਚੇ ਜਿਹੜੇ ਸੀ, ਜਦੋਂ ਉਹਨਾਂ ਨੂੰ ਖ਼ਬਰ ਮਿਲੀ ਤੇ ਉਹਨਾਂ ਉਸ ਵੇਲੇ ਮੀਟਿੰਗ ਕਰਕੇ ਜਿਹੜੇ ਸੀ ਇੱਥੇ ਅਫਸੋਸ ਪ੍ਰਗਟ ਕੀਤਾ ਜੀ। ਤਬ ਤੇ ਵਿਛੜੇ ਆਗੂ ਨੂੰ 2 ਮਿੰਟ ਦਾ ਮੌਨ ਧਰ ਕੇ ਸ਼ਰਧਾਂਜਲੀ ਵੀ ਭੇਟੀ ਜੀ। ਹੁਣ ਇਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ, ਬੇਸਿਕਲੀ ਇਹਨਾਂ ਪਿੰਡ ਘਰ ਗਈ, ਇੱਕ ਬੇਟਾ ਤੇ ਬੇਟੀ, ਉਹ ਦੋਵੇਂ ਆਸਤੀ ਦੇ ਵਿੱਚ ਨੇ। ਉੱਥੋਂ ਜਹਾਜ਼ਾਂ ਦੀ ਮੈਂ ਤੁਹਾਨੂੰ ਪਤਾ ਜੋ ਚੱਲਦਾ ਨੇ, ਬਹੁਤ ਮੁਸ਼ਕਲ ਹੋਇਆ ਪਿਆ ਜੀ ਉੱਥੋਂ ਦਾ। ਉੱਥੋਂ ਆਉਣਗੇ ਤੇ ਫੇਰ ਹੀ ਇਹਨਾਂ ਦਾ ਸਤਿਕਾਰ ਹੋਏਗਾ। ਲੇਕਿਨ ਇੱਕ ਮਜ਼ਬੂਤ, ਸਿਆਣੇ, ਸੁਲਝੇ, ਚੰਗੀ ਨੌਲੇਜ ਵਾਲੇ ਬੰਦੇ ਸਟੇਜ ਤੇ ਖਲੋ ਜਾਓ ਤਾਂ 2 ਘੰਟੇ ਬੋਲਣ ਲਾ ਦੇ ਇੱਥੇ ਬੋਲਦੇ ਤੇ ਬੋਲ ਸਕਦੇ ਜੀ। ਤੇ 73 ਸਾਲ ਦੀ ਉਮਰ ਚ ਇਸ ਦੁਨੀਆਂ ਤੋਂ ਚਲੇ ਗਏ ਨੇ, ਲੇਕਿਨ ਰੱਬ ਦਾ ਸਭ ਵੇਖੋ ਕੁਦਰਤ ਦਾ, ਤੇ ਕੁਦਰਤ ਨੇ ਕਹਿਤਾ ਭਾਈ ਤੇਰਾ ਸਟੇਜ ਤੋਂ ਖਤਮ ਨੀ ਹੋਇਆ, ਜਿਹੜਾ ਤੇਰੇ ਆਖਰੀ ਭਾਸ਼ਣ ਸੀਗਾ ਜਿਹੜਾ ਦੁਨੀਆਂ ਤੇ ਕੰਮ ਖਤਮ ਹੋ ਗਿਆ, ਚੱਲ ਤੂੰ ਹੁਣ ਇੱਥੇ ਤੇਰੀ ਅੱਗੇ ਲੋੜੇਗੀ ਜੀ। ਚਲੋ, ਬੜੇ ਸਾਡੇ ਹੋਰ ਵੀ ਕਿਸਾਨ ਆਗੂ ਨੇ ਜੀ ਜਿਹੜੇ ਚਲੇ ਗਏ, ਸਾਡੇ ਬਜ਼ੁਰਗ, ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਜੀ। ਬਿਲਕੁਲ ਸਿੱਧਾ ਕਰਦੇ ਜੀ ਜੀ। ਤੇ ਹੁਣ ਆਪਾਂ ਹੋਰ ਕਿਸਾਨ ਸੰਘਰਸ਼ ਦੀ ਗੱਲ ਜਿਹੜੀ ਹੈ ਉਹਦੇ ਵਿੱਚ ਕਰੀਏ, ਤਾਂ ਤੁਹਾਨੂੰ ਪਤਾ ਹੋਣਾ, ਤੁਸੀਂ ਗੱਲ ਕਰ ਚੁੱਕੇ ਹੋ ਵੀ ਸੌਰਵ ਦੇ ਪਿੰਡ ਦੇ ਵਿੱਚ ਕਿਸਾਨਾਂ ਨੇ ਭਾਜਪਾ ਆਗੂਆਂ 'ਤੇ ਹਮਲਾ ਕਰ, ਭਾਜਪਾ ਮੈਂਬਰਾਂ ਦੇ ਵਿਰੋਧ ਕੀਤਾ, ਗੱਲ ਆਪਾਂ ਕਰ ਲਈ ਹੈ, ਸਾਰਾ ਕੁਛ ਹੋ ਗਿਆ। ਹੁਣ ਟਿੱਕਰੀ ਬਾਰਡਰ ਖਾਲੀ ਕਰਨ ਲਈ ਕਹਿੰਦੇ ਦਿੱਲੀ ਪੁਲਿਸ ਕਹਿੰਦੀ ਹੈ ਵੀ ਚੇਤਾਵਨੀ ਬੋਰਡ ਲਾ ਰਹੀ ਹੈ, ਮਾ ਹੈ ਹਰਿਆਣੇ 'ਚ ਬੋਰਡ, ਦਿੱਲੀ ਪੁਲਿਸ ਲਾ ਰਹੀ ਹੈ।
ਉਹ ਮੂਡਕਾ ਥਾਣਾ ਜੀ ਉੱਥੇ ਉਹਦੇ ਐਸ ਐਚ ਓ ਵੱਲੋਂ ਬੋਰਡ ਲਾਇਆ ਗਿਆ। ਅੱਛਾ ਜੀ, ਜੇ ਆਪਾਂ ਇੰਨੀ ਗੱਲ ਕਹਿ ਦਈਏ ਕਿ ਉਹ ਐਸ ਐਚ ਓ ਦੀ ਇੰਨੀ ਹਿੰਮਤ ਹੈ ਬੋਰਡ ਲਾਉਣ ਦੀ, ਮੈਂ ਨਹੀਂ ਮਹਿਸੂਸ ਕਰਦਾ ਕਿ ਐਸ ਐਚ ਓ ਇੰਨੀ ਜਿਹੜੀ ਹਿੰਮਤ ਕਰਦੀ। ਉਹਨੇ ਦੋਵਾਂ ਪੇਸ਼ਾਂ ਚ ਲਾਇਆ ਕਾਨੂੰਨੀ ਚੇਤਾਵਨੀ ਜੀ, ਤੁਹਾਡਾ ਮਜ਼ਮਾ ਮਜ਼ਮਾ ਖਿਲਾਫ ਹੈ ਕਾਨੂੰਨ। ਵੇਖੋ ਇੱਕ ਮੋਰਚੇ ਨੂੰ ਮਜ਼ਮੇ ਦਾ ਨਾਲ ਮਜ਼ਮਾ ਹੁੰਦਾ ਕਿ ਤੁਸੀਂ ਜਿਹੜੀ ਭੰਗੜੇ ਜੇ ਪਾਉਂਦੇ ਹੋ, ਤਮਾਸ਼ਾ ਕਰ ਰਹੇ ਹੋ, ਤਮਾਸ਼ਾ ਕਰ ਰਹੇ ਹੋ। ਤੁਹਾਡਾ ਮਜ਼ਮਾ ਖਿਲਾਫ ਇਹ ਕਾਨੂੰਨ ਕਰਾਰ ਕੀਤਾ ਜਾਂਦਾ ਹੈ ਜੀ, ਤੁਹਾਨੂੰ ਅਗਾਹ ਕੀਤਾ ਜਾਂਦਾ ਕਿ ਤੁਸੀਂ ਆਪਣੇ ਮਜ਼ਮੇ ਨੂੰ ਤਿੱਤਰ ਬਿੱਤਰ ਕਰ ਲਵੋ, ਵਰਨਾ ਤੁਹਾਡੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਇਹ ਤਾਂ ਮੈਨੂੰ ਲੱਗਦਾ ਜਮਾਂ ਅੰਗਰੇਜ਼ਾਂ ਵਾਲੀ ਭਾਸ਼ਾ ਜੀ, ਬਿਲਕੁਲ ਭਾਸ਼ਾ ਹੈਗੀ ਜੀ, ਹੈ ਗੋਰੇ ਅੰਗਰੇਜ਼ਾਂ ਖੋ ਕੇ ਤੇ ਭੂਰੇ ਅੰਗਰੇਜ਼ਾਂ ਨੂੰ ਜਿਹੜੀ ਆ ਉਹ ਸੱਤਾ ਸੌਂਪ ਦਿੱਤੀ ਆ, ਤੇ ਸਾਨੂੰ ਇਹਨਾਂ ਖਿਲਾਫ਼ ਇੱਕ ਵਾਰੀ ਮੋਰਚਾ ਹੋਰ ਲਾਉਣਾ ਪਊਗਾ, ਲੜਨਾ ਪੈਣਾ 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 ਪੈਣਾ। ਉਹ ਹੁਣ ਦੂਸਰੀ ਜਾਤੀ ਦੀ ਲੜੀ ਸ਼ੁਰੂ ਹੋ ਗਈ ਆ, ਕੱਲੀ ਇੱਥੇ ਨੀ ਹੋਈ, ਸਾਰੇ ਹਿੰਦੁਸਤਾਨ ਚ ਹੋਈ ਹੈ। ਕਿਹੜਾ ਕੰਮ ਨੀ ਕੀਤਾ, ਕਦੀ ਖਾਲਿਸਤਾਨ ਨੀ ਕਿਹਾ, ਕਦੀ ਕਦੀ ਸਿੱਖ ਕਿਹਾ, ਕਦੀ ਅੱਤਵਾਦੀ ਕਿਹਾ, ਕਦੀ ਵੱਖਵਾਦੀ ਕਿਹਾ। ਜਦੋਂ ਦੂਜੀਆਂ ਸਟੇਟਾਂ ਦੇ ਲੋਕਾਂ ਨੇ ਇੰਨੀ ਗੱਲ ਕੀ ਵੀ ਜੇ ਉਹ ਖਾਲਿਸਤਾਨ ਨੀ ਆ ਤੇ ਫਿਰ ਅਸੀਂ ਵੀ ਖਾਲਿਸਤਾਨ ਨੀ ਆ ਜੀ ਜੀ। ਪ੍ਰੋਫੈਸਰ ਪ੍ਰੀਤਮ ਸਿੰਘ ਜੀ ਲਿਖਦੇ, ਉਹ ਕਹਿੰਦੇ ਆ ਵੀ ਵੇਖੋ ਲੋਕ ਸਭਾ ਲਾਲ ਕਹਿੰਦੇ 26 ਨੂੰ ਕੀ ਹੋਇਆ, ਉਹ ਇੱਕ ਅਲੱਗ ਮੈਟਰ। ਸਾਊਥ ਦੇ ਲੋਕ ਕਹਿੰਦੇ ਉਹ ਲਾਲ ਕਿਲ੍ਹ ਝੰਡਾ ਚਲਾਤਾ ਜਾ ਕੇ ਉਹਨਾਂ ਦੇ ਕਿਸਾਨਾਂ ਨੇ ਜੀ, ਉਹਨਾਂ ਨੂੰ ਇਹ ਨੀ ਪਤਾ ਝੰਡਾ ਕਿਹੜਾ ਚਲਾਇਆ, ਝੰਡਾ ਚਲਾਤਾ ਜਾ ਕੇ ਜੀ। ਉਹ ਕਹਿੰਦੇ ਆ ਵੀ ਉਹ ਕਹਿੰਦੇ ਕਿ ਕਾਸ਼ ਕੇ ਇੱਕ ਪੰਜਾਬ ਸਾਊਥ ਦੇ ਵਿੱਚ ਵੀ ਹੁੰਦਾ। ਇੰਨੀ ਮਾਨਤਾ ਵਾ ਸਾਡੇ ਲੀਡਰਾਂ ਨੂੰ, ਉਹਨਾਂ ਨੂੰ ਇਹ ਨੀ ਪਤਾ ਉਹ ਝੰਡੇ ਦੇ ਕੀ ਹੋਇਆ ਕੀ ਨੀ ਹੋਇਆ। ਉਹ ਇੰਨੀ ਗੱਲ ਕਹਿੰਦੇ ਵੀ ਬੜੀ ਜ਼ੋਰ ਤੇ ਜ਼ੋਰ ਜਾ ਕੇ ਲਾਲ ਕਿਲ੍ਹੇ ਝੰਡਾ ਚਲਾਤਾ ਜੀ, ਉਹਨਾਂ ਦੇ ਖੂਨ ਖੋਲਣ ਡੇ ਆ। ਇਹ ਗੱਲ ਕਹਿਣੀ ਇਹ ਇੱਕ ਬੜੀ ਟੇਢੀ ਗੱਲ ਹੈ, ਕਹਿਣਾ ਵੀ ਕਾਸ਼ ਕੇ ਸਾਊਥ ਦੇ ਵਿੱਚ ਪੰਜਾਬ ਬੰਦਾ, ਉਹਨਾਂ ਦਾ ਕਹਿਣ ਤੋਂ ਬਾਅਦ ਸਾਊਥ ਦੇ ਪੰਜਾਬ ਬੰਦਾ ਸਾਡੀਆਂ ਚਾਰ ਸਿੱਟਾਂ ਜਿੰਨਾ ਘੁੰਮੀਆਂ ਲੱਭੀ, ਜਿੰਨੀ ਹਿੰਮਤ ਨਾਲ ਕੰਮ ਕਰਦੇ। ਤੁਹਾਨੂੰ ਪਤਾ ਹੋਏਗਾ ਜਿਹੜੇ ਕਿਸਾਨ ਯੂਨੀਅਨ ਦੇ ਪ੍ਰਧਾਨ ਬਿਹਾਰ ਤੋਂ ਆਏ ਸੀ, ਉਹਨੇ ਕੀ ਕਿਹਾ ਸੀ, ਉਹਨੇ ਇੰਨੀ ਗੱਲ ਕਹੀ ਸੀ, ਵੇਖੋ ਸਰਦਾਰ ਜੀ ਅਸੀਂ ਅੱਗੇ ਨੀ ਲੱਗ ਸਕਦੇ, ਹਾਂ ਤੁਸੀਂ ਅੱਗੇ ਲੱਭੋ ਮੋਰਚਾ ਲਓ, ਪਿੱਛੇ ਡਾਂਗ ਫੜ ਕੇ ਨਾਲ ਜ਼ਰੂਰ ਖਲਵਾਂਗੇ ਜੀ, ਅਸੀਂ ਅੱਗੇ ਤੱਕ ਜੋਗੇ ਨਹੀਂ ਜਾਏਗੇ। ਇਹ ਮਾਣ ਆ। ਫਿਰ ਮੈਂ ਗੱਲ ਕਰੂੰਗਾ, ਕਈਆਂ ਨੂੰ ਗੁੱਸਾ ਲੱਗਦਾ ਕਿ 1984 ਜਿਹੜੀ ਪੱਗ ਅਸੀਂ ਕਾਂਬਲਿਆਂ ਨੂੰ ਗਾਲਾਂ ਕੱਢਦੇ ਹਾਂ ਤੇ ਉਹਨਾਂ ਕਾਂਬਲਿਆਂ ਤੁਹਾਡੀ ਪੱਗ ਸਿਰ ਤੇ ਰੱਖ ਦਿੱਤੀ ਜੀ, ਇਹ ਵੀ ਗੱਲ ਕਹੀ ਉਹਨੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ, ਉਹ ਕਹਿੰਦਾ ਗੱਲ ਸੁਣੋ, 1984 ਦੇ ਵਿੱਚ ਜੋ ਹੋਇਆ ਉਹਦੀ ਸਪੋਰਟ ਕੀਤੀ, ਭਾਵੇਂ ਉਹ ਸਾਕਾਂ ਗਲਤ ਸੀ ਉਹਨਾਂ ਸਪੋਰਟ ਕੀਤੀ, ਤੇ ਆਰਮੀ ਨੇ ਜੋ ਕੀਤਾ ਠੀਕ ਕੀਤਾ, ਜਿਹੜੇ ਮੁੰਡੇ ਮਰਦੇ ਰਹੇ ਸਪੋਰਟ ਕਰਦੇ ਰਹੇ, ਸਰਕਾਰ ਦੀ ਭਾਸ਼ਾ ਬੋਲਦੇ ਰਹੇ, ਇਹ ਆਪ ਪੁਲਿਸ ਦੀ ਭਾਸ਼ਾ ਬੋਲਦੇ ਰਹੇ, ਜਿਹਦੇ ਕਰਕੇ ਬਦਨਾਮ ਹੋਏ। ਜੇ ਇਹ ਬਦਨਾਮ ਨਾ ਹੁੰਦੇ, ਇਹ ਕੰਮ ਨਾ ਕਰਦੇ, ਸੱਚ ਨੂੰ ਸੱਚ ਕਹਿੰਦੇ, ਝੂਠ ਨੂੰ ਝੂਠ ਕਹਿੰਦੇ, ਤੇ ਇਹਨਾਂ ਦੀ ਅੱਜ ਇਹ ਹਾਲਤ ਨਾ ਕਾਂਗਰਸ ਦੀ ਅੱਜ ਹੋਈ ਹੈ। 1980 ਚ ਮੇਰੇ ਖਿਆਲ ਨਾਲ 10-15 ਬੰਦੇ ਹੈਗੇ ਜੀ ਵਿਧਾਨ ਸਭਾ ਚ ਜੀ। ਇਸ ਕਰਕੇ ਪ੍ਰੋਫੈਸਰ ਪ੍ਰਵੀਤਮ ਸਿੰਘ ਜਿਹੜੇ ਹਨ ਉਹ ਬੜਾ ਬਹੁਤ, ਮੈਂ ਸੋਚਦਾ ਵੀ ਬੰਦੇ ਦੀ ਬੜੀ ਨੌਲੇਜ ਉਹਨੂੰ ਹੈਗੀ ਹੈ, ਜਿਹਨੂੰ ਜਿੱਥੋਂ ਮਰਜ਼ੀ ਪੁੱਛਣੀ ਜਵਾਬਾ ਠੋਕ ਕੇ ਦੂਗੇ। ਅੱਛਾ ਜੀ, ਹੁਣ ਉਹਨਾਂ ਦੀ ਇਹ ਸ਼ਬਦ ਕਹਾਣੀ ਵੀ ਇਹਨਾਂ ਨੂੰ ਸਿਰਫ ਉਹ ਜਿਹੜਾ 1984 ਤੋਂ ਬਾਅਦ ਇਹਨਾਂ ਸਰਕਾਰ ਦੀ ਹਮਾਇਤ ਕੀਤੀ, ਕੇਂਦਰ ਦੀ ਹਮਾਇਤ ਕੀਤੀ, ਪੁਲਿਸ ਦੀ ਹਮਾਇਤ ਕੀਤੀ, ਉਹਦੇ ਕਰਕੇ ਪੰਜਾਬ ਦੇ ਲੋਕ ਇਹਨਾਂ ਤੋਂ ਨਾਰਾਜ਼ ਹੋ ਜੀ।
ਅੱਜ ਇਹਨਾਂ ਨੇ ਉਹ ਨਾਰਾਜ਼ਗੀ ਦੂਰ ਕਰਨ ਦਾ ਇਹਨਾਂ ਕੋਲ ਮੌਕਾ ਮਿਲ ਗਿਆ ਤੇ ਇਹਨਾਂ ਮੋਰਚਾ ਲਾਇਆ ਤੇ ਉਹੀ ਕਾਂਗਰਸ ਜਿਹੜੇ ਆ ਅੱਜ ਇੱਥੇ ਮੋਰਚਾ ਲਾ ਕੇ ਬੈਠੇ ਤੇ ਉਹ ਸਿੱਖੀ ਭੇਜਦੇ ਨੇ ਰਾਜੇਵਾਲ ਸਾਹਿਬ ਅੰਮ੍ਰਿਤਧਾਰੀ ਬੰਦੇ ਨੇ ਬਹੁਤ ਸਾਰੇ ਕਾਂਗੜ ਕਹਿੰਦਾ ਜਿਹੜੇ ਅੰਮ੍ਰਿਤਧਾਰੀ ਹੈਗੇ ਸੀ ਤੇ ਉਹ ਜਾ ਕੇ ਮੱਥਾ ਵੀ ਟੇਕਦੇ ਦਰਬਾਰ ਸਾਹਿਬ ਤੋਂ ਨੀ ਜਾਂਦਾ ਕਈ ਉਹਨੂੰ ਬਦਨਾਮ ਕੀਤੇ ਕੁਛ ਬੰਦੇ ਹੋਣਗੇ ਮਾੜੇ ਜਿਹੜੇ ਇਹ ਗੱਲ ਕਰਦੇ ਹੋਣਗੇ ਕਹਿੰਦੇ ਕਹਿੰਦੇ ਈਵਨ ਇੱਥੋਂ ਤੱਕ ਮਨਮੋਹਨ ਸਿੰਘ ਮਹਾਵਾਲ ਸੀਨੀਅਰ ਮੀਤ ਪ੍ਰਧਾਨ ਰਹਿੰਦੇ ਆ ਸ਼੍ਰੋਮਣੀ ਕਮੇਟੀ ਦੇ ਜੀ ਸ਼੍ਰੋਮਣੀ ਕਮੇਟੀ ਦੇ ਕਾਂਗੜ ਮਨਮੋਹਨ ਸਿੰਘ ਮਹਾਵਾਲ ਜਿਹੜੇ ਉਹ ਸੀਨੀਅਰ ਮੀਤ ਪ੍ਰਧਾਨ ਰਹੇ ਹਾਂਜੀ ਹਾਂਜੀ ਇਸ ਕਰਕੇ ਉਹ ਜਿਹੜੀ ਇਹ ਮੂਵਮੈਂਟ ਜਿਹੜੀ ਆ ਇਹਨਾਂ ਜਿਹੜੀ ਆ ਇਹ ਸਾਡੀ ਪੱਗ ਛੱਡਦੇ ਰੱਖੀ ਆ ਤੇ ਜਿਹੜੇ ਇਹ ਕਿਸਾਨ ਨੇ ਜਿਹੜੇ ਸਾਡੇ ਸਾਊਥ ਵਾਲੇ ਕਿਸਾਨ ਨੇ ਉਹਨਾਂ ਦੇ ਵਿੱਚ ਬੜੀ ਇਹ ਭਾਵਨਾ ਬਣੀ ਪਈ ਆ ਵੀ ਸਾਨੂੰ ਉੱਥੇ ਜਾਣਾ ਚਾਹੀਦਾ ਤੇ ਜਿਹਦੇ ਕਰਕੇ ਇਹ ਮੂਵਮੈਂਟ ਪੂਰੇ ਇੰਡੀਆ ਜਾ ਚੁੱਕੀ ਆ ਤੇ ਇਸ ਵੇਲੇ ਜੇ ਇਹ ਮੂਵਮੈਂਟ ਇਸ ਤਰ੍ਹਾਂ ਚੱਲਦੀ ਰਹੀ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਕਿਸਾਨਾਂ ਦੇ ਹੋਏਗਾ ਹੋਰ ਕਿਤੇ ਆ ਬਿਲਕੁਲ ਤੇ ਗੱਲ ਹੈ ਜੀ ਆਉਣ ਵਾਲਾ ਸਮਾਂ ਤਾਂ ਹੁਣ ਹੈ ਜੀ ਆਉਣਾ ਹੀ ਪੈਣਾ ਕਿਸਾਨਾਂ ਦਾ ਨਹੀਂ ਤਾਂ ਗੱਲ ਨਹੀਂ ਬਣਨੀ ਲਿਆਉਣਾ ਪੈਣਾ ਹੈ ਜੀ ਤੇ ਹੁਣ ਆਪਾਂ ਆ ਜਾਈਏ ਜੀ ਤੁਰਦੇ ਤੁਰਦੇ ਟੂਲ ਕਿੱਟ ਵਾਲੇ ਮਾਮਲੇ ਤੇ ਦਿਸ਼ਾ ਰਵੀ ਨੇ ਬੜੀ ਵੱਟ ਕੱਢ ਦਿੱਤੇ ਜੀ ਅਦਾਲਤ ਦੇ ਵਿੱਚ ਦੇਖੋ ਜੀ ਦਿਸ਼ਾ ਰਵੀ ਨੇ ਚਿੱਟੇ ਲਫ਼ਜ਼ ਨਹੀਂ ਗੱਲ ਕਹੀ ਜੇ ਕਿਸਾਨਾਂ ਦੇ ਮੁੱਦੇ ਆਭਾਰ ਨੇ ਤੇ ਕਿਸਾਨਾਂ ਦੀ ਸਪੋਰਟ ਕਰਨੀ ਜਿਹੜੀ ਆ ਉਹ ਗਲਤ ਆ ਤੇ ਫਿਰ ਮੈਨੂੰ ਬੇਸ਼ੱਕ ਨਾ ਦਿੱਤੀ ਮੈਂ ਜੇਲ੍ਹ ਚ ਕੀਤਾ ਕੀ ਉਹਨੇ ਟੂਲ ਕਿੱਟ ਦੇ ਵਿੱਚ ਜਿੰਨੇ ਮੋਰਚੇ ਹੁਣ ਤੱਕ ਘਟਨਾਵਾਂ ਸੀ ਸਾਰੀਆਂ ਕੰਪਾਈਲ ਕੀਤੀ ਕੰਪਾਈਲ ਕਰਕੇ ਉਹਨੇ ਟੂਲ ਕਿੱਟ ਬਣਾ ਤੋਟ ਕੀਤੇ ਕੁਛ ਨੀ ਉਹਨੇ 70 ਬੰਦਿਆਂ ਦੀ ਇੱਕ ਜੂਮ ਹੋਈ ਜੂਮ ਦੇ ਵਿੱਚ ਉਹ ਵੀ ਸ਼ਾਮਿਲ ਸੀਗੀ ਜੀ ਉਹਨੂੰ ਨੀ ਪਤਾ ਇਹ ਬੰਦਾ ਕੌਣ ਇਹ ਬੰਦਾ ਹੈ ਕੌਣ ਮੋਹ ਧਾਰੀਵਾਲ ਬੇਸਿਕਲੀ ਮਨੁੱਖੀ ਅਧਿਕਾਰ ਸੰਗਠਨ ਦਾ ਬੜਾ ਤਗੜਾ ਕਾਰਕੁਨ ਸਿਰਫ ਉਹ 26 ਤਰੀਕ ਨੂੰ ਗਲਤੀ ਕਰ ਗਿਆ ਤੇ ਖਾਲਸਾ ਚੰਗਾ ਜਿੱਦਾਂ ਫਿਰ ਧੱਕੇਸ਼ਾਹੀ ਹੋ ਰਹੀ ਹੈ ਇਹ ਗਲਤੀ ਕਰ ਗਿਆ ਹਾਲੀ ਕਿਉਂ ਖਾਲਸਾ ਸਮਰਥਕ ਨਹੀਂ ਬਿਲਕੁਲ ਖਾਲਸਾ ਸਮਰਥਕ ਨਹੀਂ ਲੇਕਿਨ ਉਸ ਤੇ ਟੈਗ ਲਾ ਕੇ ਦਿਸ਼ਾ ਰਵੀ ਨੂੰ ਫੜ ਲਿਆ ਦਿਸ਼ਾ ਰਵੀ ਦੇ ਠੋਕ ਠੋਕ ਕੇ ਜੋ ਜਵਾਬ ਦਿੱਤੇ ਤੇ ਫਿਰ ਉਹਨਾਂ ਦੀ ਮਜਬੂਰੀ ਬਣ ਗਈ ਤੇ ਰਹਿੰਦੀ ਪੁੰਜੀ ਜਿਹੜੀ ਕਰਨਾਟਕ ਦੀ ਲੰਗੈਤ ਬਰਾਦਰੀ ਹੈ ਨਾ ਜਿਹੜਾ ਉਹਨੇ ਉੱਥੇ ਬੀਜੇਪੀ ਨੂੰ ਧਮਕੜੇ ਪਾਇਆ ਨਾ ਤੇ ਬੀਜੇਪੀ ਦੇ ਲੀਡਰ ਆ ਕੇ ਰੋਏ ਨੇ ਇੱਥੇ ਕਿ ਸਾਡਾ ਬਿੜਾ ਕਿਉਂ ਗਰ ਕਰਨ ਲੱਗੇ ਤੁਸੀਂ ਜਿਹਦੇ ਕਰਕੇ ਮੁੜ ਕੇ ਦਿਸ਼ਾ ਰਵੀ ਦੇ ਪਰਿਵਾਰ ਨਾਲ ਇਹ ਮੁਲਾਕਾਤ ਕਰਾਈ ਉਹਨੂੰ ਕੱਪੜੇ ਦਿੱਤੇ ਗਏ ਆਮ ਤੌਰ ਤੇ ਕੱਪੜੇ ਤਾਂ ਬਦਲ ਕੇ ਨਹੀਂ ਬਦਲ ਦਿੰਦੇ ਕਿਸੇ ਨੂੰ ਨਹਾ ਨਹੀਂ ਦਿੰਦੇ ਉਹਨੂੰ ਕੱਪੜੇ ਦਿੱਤੇ ਗਏ ਕਿਤਾਬਾਂ ਦਿੱਤੀਆਂ ਲੈ ਬੇਬੀ ਤੂੰ ਫੜ ਫਿਰ ਵੇਖੋ ਕਿੰਨੀ ਵੱਡੀ ਗੱਲ ਆਮ ਤੌਰ ਤੇ ਅਦਾਲਤ ਜਦੋਂ ਰਿਮਾਂਡ ਪੂਰਾ ਹੋ ਜਾਏ ਤੇ ਉਹਨੂੰ 14 ਦਿਨ ਦੀ ਰਸਤ ਪਈ ਜੀ ਅਦਾਲਤ ਨੇ 3 ਦਿਨਾਂ ਦੀ ਰਸਤ ਭੇਜਿਆ ਮੇਰੀ ਕੱਲ ਟੀਵੀ ਤੇ ਗੱਲ ਹੋਣੀ ਸੀ ਮੈਂ ਕਿਹਾ ਜੀ ਬੀਬੀ ਰਵੀ ਦਿਸ਼ਾ ਰਵੀ ਦੀ ਕੱਲ ਬੇਦ ਹਰ ਹਾਲਤ ਚ ਹੋਜੇ ਜਿੱਦਾਂ ਦੇ ਰਵੀਆ ਲੱਗਦਾ ਜੱਜ ਨੇ ਕਹਿਤਾ ਜੱਜ ਨੇ ਕਹਿਤਾ ਸਾਬਤ ਕਰੋ ਵੀ ਉਹਨੇ ਖਾਲਸਾ ਦੀ ਕਿੱਥੋਂ ਜੀ ਜੇ ਖਾਲਿਸਤਾਨੀ ਨਹੀਂ ਤੇ ਫਿਰ ਤੁਸੀਂ ਕਿਵੇਂ ਉੱਤੇ ਦੇਸ਼ ਦਾ ਮੁਕਦਮਾ ਦਰਜ ਕਰ ਸਕਦੇ ਜੱਜ ਨੇ ਨਹੀਂ ਕਰਿਆ ਸੀ ਬਾਕੀ ਕੀ ਰਹਿ ਗਿਆ ਜੀ ਜੀ ਇਸ ਕਰਕੇ ਅੱਜ ਦਿਸ਼ਾ ਰਵੀ ਨੂੰ ਬੇਲ ਮਿਲ ਗਈ ਕੱਲ ਉਹਦੀ ਪੁੱਛ ਪੜਤਾਲ ਜਿਹੜੀ ਸ਼ਾਂਤਨੂ ਮੁਲਕ ਤੇ ਨਿਕਿਤਾ ਜੈਫ ਨੂੰ ਸਾਹਮਣੇ ਹਮਲੇ ਪਾ ਕੇ ਹੋਈ ਉਹਨੇ ਉੱਥੇ ਵੀ ਕੜਾਕੇ ਦਾ ਬੋਲੀ ਲਿਆ ਜੀ ਕਿੱਥੋਂ ਮਿਲ ਅੱਜ ਉਹਦੀ ਜਿਹੜੀ ਬੇਲ ਦਿੱਤੀ ਸੀ ਪਰਸਨਲ ਮੁਤਲਕਾ ਜੇ 1 ਲੱਖ ਦਾ ਮੁਤਲਕਾ ਭਰੇ ਤੇ ਬੀਬੀ ਆਪਣੇ ਘਰ ਨੂੰ ਜਾਂਦੇ ਆਪਣਾ ਕੰਮ ਕਰੇ ਉਹ ਕਹਿੰਦੀ ਨਹੀਂ ਮੈਂ ਕਿਸਾਨਾਂ ਦੀ ਆਵਾਜ਼ ਉਠਾਉਂਦੀ ਆ ਉਠਾਉਂਦੀ ਰਹੀ ਤੁਸੀਂ ਮੈਨੂੰ ਛੱਡਣਾ ਛੱਡ ਦਿਓ ਨਹੀਂ ਛੱਡ ਸਕ ਨਾ ਛੱਡੋ ਹਾਂ ਹਾਂ ਮੈਂ ਕਿਸਾਨਾਂ ਨਾਲ ਖੜੀ ਜੋ ਮਰਜ਼ੀ ਇੱਕ 22 ਸਾਲ ਦੀ ਕੁੜੀ ਜੀ ਜੀ ਨੌਦੀਪ ਦਾ ਕੀ ਗਰੂਪ ਸੀਗਾ ਨੌਦੀਪ ਦੀ ਕੱਲ ਨੂੰ ਸ਼ਾਇਦ ਜਵਾਨਤ ਹੋ ਜਾਏ ਸ਼ਾਇਦ ਬਾਹਰ ਆ ਸਕਦੀ ਹਾਂਜੀ
ਕਿਉਂਕਿ ਨੌਦੀਪ ਨੇ ਕੀ ਕੀਤਾ ਸੀ 12 ਜਨਵਰੀ ਨੂੰ ਉਹ 2000 ਮਜ਼ਦੂਰ ਲੈ ਕੇ ਗਈ ਸੀ ਉੱਥੇ ਕਿਸਾਨ ਮੋਰਚੇ ਦੇ। ਅੱਛਾ ਜੀ, 2000 ਮਜ਼ਦੂਰ ਲੈ ਕੇ ਸਰਕਾਰ ਨੂੰ ਫਿਕਰ ਕਰਾ ਗਿਆ ਸੀ ਵੀ 2000 ਮਜ਼ਦੂਰ ਨੇ ਕੱਲ ਨੂੰ ਵੀ ਲੱਗੇ ਹੋਊਗੀ। ਸਰਕਾਰ ਦੀ ਪੋਲਿਸੀ ਕੀ ਹੈ ਜੀ? ਕੇਂਦਰ ਸਰਕਾਰ ਦੀ ਪੋਲਿਸੀ ਹੈ ਵੀ ਸਿੱਖਾਂ ਨੂੰ ਪਲੋਸੋ, ਮੁਸਲਮਾਨਾਂ ਦੇ ਕਾਮਰੇਡਾਂ ਨੂੰ ਛੱਤਰ ਫਿਰ ਟਕਾ ਛੱਤਰ ਫਿਰੋ, ਹਾਂਜੀ ਸਿੱਖਾਂ ਨੂੰ ਪਲੋਸੋ, ਇਹਨਾਂ ਨੂੰ ਲਗਾੜੋ। ਇਹ ਮੁਰਗੇ ਪ੍ਰਧਾਨ ਮੰਤਰੀ ਦਫ਼ਤਰ ਤੇ ਪਹੁੰਚ ਜਾਂਦੇ ਆ। ਕੱਲ ਨੂੰ ਬੇਲ ਹੋ ਗਈ ਤੇ ਉਹ ਆਏਗੀ ਤੇ ਫਿਰ ਚੰਗੀ ਪੱਧਰ ਤੇ ਉਹ ਕੰਮ ਕਰੇਗੀ, ਅੱਗੇ ਤੇ ਕਰਦੀ ਡਰ ਸਰਿਆਮ ਕਰੇਗੀ। ਇੱਕ ਦਲਿਤ ਪਰਿਵਾਰ ਨਾਲ ਸੰਬੰਧਿਤ ਕੁੜੀ ਜਿਹੜੀ ਆ ਇਹਦੀ ਦਲੇਰ ਤੇ ਨਹੀਂ ਛੋਟੀ ਉਮਰ ਬੜੀ ਬਹੁਤ ਤਕੜੀ ਚੀਜ਼ ਹੈ ਜੀ, ਬੜੀ ਤਕੜੀ ਚੀਜ਼ ਆ ਉਹ। ਦਿਸ਼ਾ ਰਵੀ ਵੀ ਵਿਚਾਰੀ ਦੇਖੋ ਬੱਚਿਆਂ ਦਾ, ਹਾਂ ਉਹਦਾ ਮਾਣ ਵੀ ਤੁਹਾਨੂੰ ਮਾਲਵੇ ਵਾਲੇ ਜਾਣਾ ਚਾਹੀਦਾ। ਤੇ ਹੁਣ ਮੈਨੂੰ ਗੱਲ ਦੱਸੋ ਵੀ ਮੈਂ ਤਾਂ ਹੈਰਾਨ ਆ ਗਨ ਕਲਚਰ ਤੋਂ। ਇੱਕ ਥਾਣੇਦਾਰ ਸਾਹਿਬ ਆਪਦੇ ਦੋਸਤ ਦੇ ਮੁੰਡੇ ਦੇ ਵਿਆਹ ਤੇ ਗਏ, ਅਸਾਲਟਾਂ ਫਾਇਰ ਕਰਤੀਆਂ, ਪੁਲਿਸ ਕਹਿੰਦੀ ਹੈ ਜਾਂਚ ਕਰਾਂਗੇ। ਸਿੱਧੂ ਮੂਸੇ ਵਾਲਾ ਚਲਾਉਂਦਾ, ਉਹਦੀ ਕਹਿੰਦੇ ਜੀ ਤਾਂ ਖਿਡਾਉਣਾ ਬੰਦੂਕ ਸੀ। ਹੁਣ ਬੜਾ ਇਹ ਵੀ ਗੱਲ ਖਤਮ ਹੋਣ 'ਚ ਨਹੀਂ ਆ ਰਹੀ ਕਿ ਦੇਖੋ ਸਾਰੇ ਮੈਰਿਜ ਪੈਲਸਾਂ ਦੇ ਉੱਤੇ ਬਾਹਰ ਲਿਖਿਆ ਹੁੰਦਾ ਕਿ ਇੱਥੇ ਅਸਲਾ ਲਿਆਉਣਾ ਮਨ੍ਹਾ ਹੈ, ਹੋਰ ਹੈ, ਪਰ ਪੰਜਾਬ ਦੇ ਵਿੱਚ ਗਨ ਕਲਚਰ ਜਿਹੜਾ ਸਰਕਾਰ 'ਤੇ ਭਾਰੂ ਹੋ ਰਿਹਾ। ਜਿਵੇਂ ਅਮਰੀਕਾ ਦੇ ਵਿੱਚ ਵੀ ਗਨ ਲੌਬੀ ਹੈ, ਮੈਨੂੰ ਲੱਗਦਾ ਇੱਥੇ ਗਨ ਕਲਚਰ ਹੈ ਜੀ। ਬਿਲਕੁਲ ਇੱਥੇ ਗਨ ਕਲਚਰ। ਪਹਿਲੀ ਗੱਲ ਤੇ ਸਿਆਸੀ ਲੀਡਰਾਂ ਨੂੰ ਅਕਲ ਕਰਨੀ ਪਏਗੀ ਵੀ ਤੁਸੀਂ ਜਿਹੜੇ ਆਪਣੇ ਵਰਕਰਾਂ ਨੂੰ ਸਿਫਾਰਸ਼ੀ ਤੌਰ ਤੇ ਗੰਨਾਂ ਲੈ ਕੇ ਦਿੰਦੇ ਹੋ, ਹਥਿਆਰ ਲੈ ਕੇ ਦਿੰਦੇ, ਉਹ ਬੰਦ ਕਰੋ। ਉਹਦੇ ਵਿੱਚ ਬਹੁਤੇ ਬੰਦੇ ਕਿਹੜੇ ਹੁੰਦੇ ਆ, ਜਰਾਇਮ ਪੇਸ਼ਾ ਲੋਕ ਜੀ ਜੀ। ਹੁਣ ਇਹ ਮੁੰਡੇ ਦਾ ਕਸੂਰ ਕੀ ਸੀਗਾ? ਇਹ ਬੱਚਾ ਸਿਰਫ 12-13 ਸਾਲ ਦਾ ਬੱਚਾ ਤੇ ਮਾਂ ਪਿਓ ਦਾ ਬਿਮਾਰ ਰਹਿੰਦਾ, ਛੋਟਾ ਭਰਾ ਸਿੱਧ ਪਧਰਾ ਜੀ, ਘਰ ਦੇ ਵਿੱਚ ਉਹੀ ਮੁੰਡਾ ਹੋਣ ਆਰਸੀ ਜਿਹੜਾ ਘਰ ਨੂੰ ਮਾੜਾ ਮੋਟਾ ਚਲਾ ਰਿਹਾ ਸੀ, ਮਾਂ ਦੀ ਮਦਦ ਕਰਦਾ ਸੀ, ਪਿਓ ਦੀ ਮਦਦ ਕਰਦਾ ਸੀ, ਨਾਨਾ ਕੋਟ ਜੀ। ਇਹ ਆਪਣੇ ਤਾਏ ਨੇ ਗਿਆ ਆਪਣੇ ਪਿਓ ਨੂੰ ਲੈਣ ਵਾਸਤੇ ਤੇ ਉੱਥੇ ਜਿਹੜੇ ਸ਼ਰਾਬੀ ਹੋਏ ਦੁਨਾਲੀ ਬੰਦੂਕਾਂ ਲਈ ਗੋਲੀ ਚਲਾਉਂਦੇ ਸੀ ਤੇ ਉਹ ਗੋਲੀ ਇੱਕ ਲੱਗੀ ਨੂੰ ਜਦ ਤੋਂ ਹੱਥ ਲੱਗੇ ਕਹਿੰਦੇ ਉਹਨੂੰ ਕਰਦਾ ਫੱਟਣ, ਮਾਪਿਆਂ ਦਾ ਇਕਲੌਤਾ ਸਿੰਘ ਕਿਉਂਕਿ ਦੂਜਾ ਤਾਂ ਸਿੱਧਾ ਵਾ, ਉਹ ਸਾਰੇ ਸੰਭਾਲਣ ਵਾਲਾ ਸੀ। ਪਰਿਵਾਰ ਦੇ ਵਿੱਚ ਚਾਰ ਜੀ ਸੀ, ਚੋਣ ਉੱਤੇ ਇਹਨਾਂ ਨੂੰ ਕੱਲਾ ਸੰਭਾਲਦਾ ਜੀ, ਜਿਹਦੇ ਘਰ ਦਾ ਇੱਕ ਸਹਾਰਾ ਹੀ ਡੰਗੋਰੀ ਟੁੱਟ ਗਈ, ਉਹਨੂੰ ਕੀ ਕਹੋਗੇ? ਦਾਨੇ ਵਾਲੀਆ ਸਾਹਿਬ, ਜਦੋਂ ਮਾਪਿਆਂ ਦੇ ਮੋਢਿਆਂ ਦੇ ਉੱਤੇ ਬੱਚਿਆਂ ਦੀਆਂ ਲਾਸ਼ਾਂ ਜਾਂਦੀਆਂ ਨਾ ਜੀ ਜੀ, ਉਹਨਾਂ ਮਾਪਿਆਂ ਨੂੰ ਧਰਤੀ ਵੇਲ ਨਹੀਂ ਦਿੰਦੀ ਤੁਸੀਂ ਕਿਹੜੇ ਪਾਸੇ ਚਲਦੇ ਹੋ? ਜਿਹੜਾ ਕੰਮ ਉਹਨਾਂ ਨੇ ਬੱਚਿਆਂ ਨੇ ਕਰਨਾ ਸੀ ਉਹ ਮਾਂ ਪਿਓ ਨੂੰ ਕਰਨਾ ਚਾਹੀਦਾ। ਇਸ ਕਰਕੇ ਪਰਚਾ ਤੁਸੀਂ ਦਰਜ ਕਰ ਲਿਆ, ਵੱਖਰੀ ਗੱਲ ਆ ਜੇ ਅਸੀਂ ਪੰਜਾਬ ਦੇ ਗਨ ਕਲਚਰ ਦੀ ਗੱਲ ਕਰੀਏ, 2014 ਦੇ ਵਿੱਚ 24 ਜਗ੍ਹਾ ਗੋਲੀਆਂ ਚੱਲੀਆਂ ਤੇ 7 ਲੋਕਾਂ ਦੀ ਮੌਤ ਹੋਈ ਆ ਜੀ। ਸਰਕਾਰਾਂ ਨੂੰ ਪਤਾ ਲੱਗਾ ਜਾਂ ਪੁਲਿਸ ਨੂੰ ਪਤਾ ਲੱਗਾ ਵੀ ਗੰਨ ਹਥਿਆਰ ਜਮ੍ਹਾਂ ਕਰੀਏ ਅਸੀਂ? 2017 ਵਿੱਚ 7 ਸ਼ਾਦੀਆਂ ਦੀ ਗੋਲੀ ਚੱਲੀ ਆ, ਇੱਕ ਦੀ ਜਾਨ ਗਈ ਹੈ।
2018 ਦੇ ਵਿੱਚ 17 ਜਗ੍ਹਾ ਗੋਲੀ ਚੱਲੀ ਆ, 2 ਦੀ ਮੌਤ ਹੋਈ ਹੈ ਜੀ। 2019 ਦੇ ਵਿੱਚ ਪੰਜਾਬ ਦੇ ਵਿੱਚ 6 ਜਗ੍ਹਾ ਗੋਲੀ ਚੱਲੀ ਹੈ ਤੇ 4 ਲੋਕਾਂ ਦੀ ਮੌਤ ਹੋਈ ਜੀ। 2004 ਦੇ ਵਿੱਚ 4 ਜਗ੍ਹਾ, 2020 ਦੇ ਵਿੱਚ 4 ਜਗ੍ਹਾ ਗੋਲੀ ਚੱਲੀ ਤੇ 1 ਦੀ ਮੌਤ ਹੋਈ ਜੀ। ਇਹ ਡਾਟੇ ਨੇ ਸਾਡੇ ਪੰਜਾਬ ਦੇ। ਹਾਲੀ ਕੇ ਹਰ ਜਿਹੜਾ ਲਿਖਿਆ ਹੁੰਦਾ ਵੀ ਅੰਦਰ ਹਥਿਆਰ ਲੈ ਕੇ ਜਾਣਾ ਮਨਾ ਹੈ, ਕੋਈ ਹਥਿਆਰ ਲੈ ਕੇ ਨਾ ਆਵੇ ਜੀ, ਲੇਕਿਨ ਫੇਰ ਵੀ ਤੁਸੀਂ ਬੰਦੇ ਦੇ ਪੁੱਤ ਨੀ ਬਣਦੇ ਤੇ ਇਹ ਬੰਦਿਆਂ ਨੂੰ ਮੈਂ ਸੋਚਦਾ ਜੇ ਪੰਜ ਲਾਓ 2-4 ਤੇ ਬੇਚਾਰਾ ਦੂਸਰਾ ਵੀ ਉਦਾਂ ਨੀ ਉਤਰਾਉਣਾ। ਉਹਦੇ ਨਾਲ ਕੋਈ ਨੀ ਹੈਗਾ ਜੀ। ਜੀ ਖਾਲਸਾ ਜੀ, ਸਤਿ ਸ੍ਰੀ ਅਕਾਲ ਜੀ, ਆਉਣੇ ਰੋ। ਹਾਂਜੀ ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਹਾਂ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਅਰਦੇ ਹੈ ਬਈ ਬੀਬੀ ਸਰਬਜੀਤ ਕੌਰ ਮਾਣੂਕੇ ਤੇ ਉਹ ਕੀ ਹਰਪਾਲ ਚੀਮਾ ਆਮ ਆਦਮੀ ਪਾਰਟੀ ਦੇ ਕਰਨਾਲ ਜੇਲ੍ਹ 'ਚ ਉਹ ਬੀਬੀ ਨਵਦੀਪ ਕੌਰ ਨੂੰ ਮਿਲਣ ਗਏ, ਉਹਨਾਂ ਨੂੰ ਮਿਲਣ ਨਹੀਂ ਦਿੱਤਾ। ਇਹ ਕਿੱਥੇ ਦਾ ਕਾਇਦਾ ਹੈ, ਇਹ ਕਿਸ ਕਿਸਮ ਦੀ ਗਵਰਨਮੈਂਟ ਹੈ? ਇੱਕ ਪਬਲਿਕ ਜਿਹੜਾ ਜਿਹਨਾਂ ਨੂੰ ਚੁਣ ਕੇ MLA ਬਣਾਉਂਦੀ ਉਹਨਾਂ ਨੂੰ ਮਿਲਣ। ਖਾਲਸਾ ਜੀ, ਜੇਲ੍ਹ ਮੈਨੂਅਲ ਦੇ ਵਿੱਚ ਹੈ ਜੀ, ਜੇ ਤੁਸੀਂ ਉਹਨਾਂ ਨਾਲ ਸੰਬੰਧਿਤ ਨਹੀਂ ਹੋ ਤਾਂ ਤੁਹਾਨੂੰ ਡਿਨਾਈ ਕੀਤਾ ਜਾ ਸਕਦਾ ਮੇਰੇ ਖਿਆਲ, ਇਹ ਚੀਜ਼ ਹੈ। ਕਿਉਂ ਜੀ ਪੱਟੀ ਸਾਹਿਬ? ਹਾਂ ਬਿਲਕੁਲ ਠੀਕ ਆ ਜੀ, ਲੇਕਿਨ ਵੇਖੋ ਇੱਕ ਜਿਹੜੀ ਸਾਡੀ ਮਨੁੱਖੀ ਅਧਿਕਾਰ ਸੰਗਠਨ ਦੀ ਜਿਹੜੀ ਲੇਡੀ ਸੀ ਜਿਹੜੀ ਗੁਲਾਟੀ, ਗੁਲਾਟੀ ਉਹਨੂੰ ਵੀ ਨਹੀਂ ਜਾਣ ਦਿੱਤਾ ਸੀ, ਉਹ ਅਜੇ ਸੰਵਿਧਾਨਕ ਬੋਡੀ ਦੀ ਮੈਂਬਰ ਮਿਲ ਸਕਦੀ ਨਹੀਂ ਜਾ ਕੇ। ਫਿਰ ਮਿਲ ਸਕਦੇ ਜੇ ਪਰਿਵਾਰਕ ਜੀ ਨਹੀਂ ਤੇ ਫਿਰ ਤੁਹਾਨੂੰ ਇਨਕਾਰ ਕਰ ਸਕਦੇ ਬਿਲਕੁਲ ਬਿਲਕੁਲ ਜੀ। ਅੱਛਾ, ਰਾਜੇਵਾਲ ਸਾਹਿਬ ਨੇ ਤੋਮਰ ਨੂੰ ਚੰਗਾ ਜਵਾਬ ਦਿੱਤਾ? ਬਿਲਕੁਲ ਜੀ, ਤੋਮਰ ਜਵਾਬ ਦੇਣ ਦੇ ਲਾਇਕ ਹੀ ਸੀਗਾ ਤੇ ਦਿੱਤਾ ਉਹਨੂੰ। ਤੋਮਰ ਹੋਰੀ ਜਿਹੜੇ ਹੁਣ ਵਾਲੇ ਨਾ ਛਿੱਥੇ ਪੈ ਦੇਵੇ, ਅਸੀਂ ਕਰੀਏ ਕੀ, ਉਹਨਾਂ ਰਾਹ ਸੀਧਾ ਕੋਈ ਨੀ। ਹੁਣ 4-6 ਵਜੇ ਤੇ ਘੇਰਾ ਪਾਇਆ ਪਿਆ ਸਾਰੇ ਸਟੇਟਾਂ ਦੇ ਵਿੱਚ ਬੀਜੇਪੀ ਨੂੰ, ਕਿੱਥੇ ਬੀਜੇਪੀ ਲੀਡਰ ਦਾ ਵਿਰੋਧ ਨੀ ਹੋ ਰਿਹਾ, ਕਿੱਥੇ ਹੁੰਦੇ ਨੇ ਬੀਜੇਪੀ ਦੇ ਸਟੇਟਾਂ ਦੇ ਲੀਡਰ ਰੋਣ ਲੈ ਆ। ਹੁਣ ਮੈਂ ਤੁਹਾਨੂੰ ਆਹ ਵੀ ਦੱਸੀ ਵੀ ਹਰਿਆਣੇ ਚ ਪੁੱਛਣ ਦਿਆ ਇੱਕ ਵਰਕਰ, ਉਹਨਾਂ ਨੂੰ ਦੱਸੋ ਅਸੀਂ ਕੀ ਕਰੀਏ ਹੁਣ, ਅਸੀਂ ਕਿਹਨੇ ਕਿਸਾਨਾਂ ਕੋਲ ਜਾਈਏ, ਅਸੀਂ ਜਾਣੇ ਉਸਨੂੰ ਅੱਗੇ ਲਾ ਕੇ ਭਜਾਉਂਦੇ ਹੋ ਤੇ ਮੰਤਰੀ ਕੋਲ ਜਵਾਬ ਕੋਈ ਨੀ ਹੈਗਾ, ਦੱਸੋ ਮੈਂ ਜੀ ਦੱਸਣਾ ਜੀ ਜੀ ਜੀ। ਹੁਣ ਮਤਲਬ ਕਹਿਣ ਤੋਂ ਬਾਅਦ ਸਟੇਟ ਬੋਡੀ ਜਿਹੜੀਆਂ ਨੇ ਉਹ ਵੀ ਤੰਗ ਆਈਆਂ ਪਈਆਂ, ਭਾਈ ਵੇਖੋ ਵੀ ਇਹ ਸੈਂਟਰ ਨੂੰ ਕਹੇ ਅਸੀਂ ਫੈਸਲਾ ਕਰਨਾ, ਲੇਕਿਨ ਸੈਂਟਰ ਜਿਹੜੇ ਉਹ ਨਵਾਰਡ ਕੋਲੋਂ ਕਿੱਕੜੇ ਮਿੱਠੇ ਜਦੋਂ ਪੈਸੇ ਪੁਸੇ ਲੈ ਚੁੱਕਾ, ਜਿਹਦੇ ਕਰਕੇ ਹੁਣ ਉਹ ਫਸੇ ਪਏ ਨੇ, ਅਸੀਂ ਕੀ ਕਰੀਏ ਕੀ ਨਾ ਕਰੀਏ। ਲੇਕਿਨ ਆਖਿਰਕਾਰ ਉਹਨਾਂ ਨੂੰ ਝੁਕਣਾ ਪਊਗਾ, ਕਿਸਾਨਾਂ ਦੀ ਗੱਲ ਮੰਨਣੀ, ਕਿਉਂ ਜਿੰਨੇ ਵੀ ਅੱਜ ਤੱਕ ਕਿਸਾਨਾਂ ਦੇ ਮੋਰਚੇ ਲੱਗੇ ਨੇ ਆਖਿਰਕਾਰ ਆ ਕੇ ਸੱਟਾਂ ਝੁਕਣਾ ਪੈਣਾ ਜੀ ਜੀ। ਤੇ ਹੁਣ ਨਵਜੋਤ ਸਿੱਧੂ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦੇ ਦਿਓ ਜੀ, ਕੀ ਹੋ ਰਿਹਾ? ਬਜਟ ਲਾਸਟ ਸੱਦਿਆ ਜਾ ਰਿਹਾ, ਅਕਾਲੀ ਦਲ ਕਹਿੰਦਾ ਸੀ ਬਜਟ ਸੈਸ਼ਨ ਦਾ ਵਿਰੋਧ ਕਰਾਂਗੇ ਜੀ। ਬਿਲਕੁਲ ਜੀ, ਅੰਦਰ ਜਾ ਕੇ ਕਰਨਾ ਵੀ ਕੀ ਆ, ਬਜਟ ਤਾਂ ਪਾਸ ਕਰ ਦੇਣਾ ਠੀਕ ਹੈ ਨਾ, ਤੁਹਾਡੇ ਕੋਲ ਟਾਂਗੇ ਤੇ ਬਣ ਜਾਓਗੇ ਤਾਂ MLA ਵੀ ਰਹੇ, ਜਿਹੜੇ 5 ਸਾਲ ਰਾਜ ਕਰਨ ਦੀ ਗੱਲ ਕਰਨੇ ਆ ਤੇ 5 ਸਾਲ MLA ਚ ਤਾਂ ਹੋਏ ਤੇ ਬਾਕੀ ਤੁਸੀਂ ਕੀ ਕਰਨਾ, ਠੀਕ ਹੈ ਕਹਿੰਦੇ ਕਿ ਬਾਹਰ ਰਹਿ ਕੇ ਵਿਰੋਧ ਕਰਾਂਗੇ ਇਹਨਾਂ ਦਾ। ਜਿਹੜੀ ਸਿੱਧੂ ਸਾਹਿਬ ਦੀ ਗੱਲ ਆ ਜੀ, ਸਿੱਧੂ ਸਾਹਿਬ ਦੀ ਗੱਲ, ਸਿੱਧੂ ਸਾਹਿਬ ਬਾਰੇ ਪਹਿਲਾਂ ਇਹ ਗੱਲ ਆਈ ਸੀ ਕਿ ਉਹ ਕਹਿੰਦੇ ਆ ਕਿ ਮੇਰਾ ਇੱਕ ਪਹਿਲਾ ਮਹਿਕਮਾ ਬਹਾਲ ਕੀਤਾ ਜਾਵੇ,
ਦੂਸਰਾ ਇੱਕ ਮੇਰਾ ਜਿਹੜਾ ਵਾ ਮੈਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਜਾਵੇ। ਅੱਛਾ, ਹੋਰ ਡਿਮਾਂਡ ਵਧਾਤੀ ਜਿਹਦੇ ਬਾਰੇ ਉਹਨਾਂ ਨੇ ਰਾਵਤ ਸਾਹਿਬ ਨੇ ਸਪਸ਼ਟ ਕਰਤਾ ਵੀ ਇਹ ਅਫਵਾਹ ਹੈਗੀ ਆ, ਇਹ ਗੱਲ ਨਹੀਂ ਹੈ। ਲੇਕਿਨ ਕੁਛ ਅੰਦਰੂਨੀ ਸੂਤਰ, ਮੈਂ ਨੀ ਕਹਿੰਦਾ ਵੀ ਇਹ ਸਹੀ ਹੋਣਗੇ, ਚਰਚੇ ਨੇ ਇਸ ਗੱਲ ਦੀ ਜੀ। ਕਾਲ ਟੁੱਟ ਗਈ ਜੀ, ਅਸੀਂ ਦੁਬਾਰਾ ਤੋਂ ਕਾਲ ਲੈਂਦੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ, ਅਤੇ ਤੁਸੀਂ ਇਸ ਵਕਤ ਸਾਡੇ ਨਾਲ ਜੁੜੇ ਹੋਏ ਹੋ, ਅਤੇ ਆਪਾਂ ਇਸ ਤੋਂ ਬਾਅਦ ਫਿਰ ਸਰਦਾਰ ਪੱਟੀ ਸਾਹਿਬ ਤੋਂ ਇਜਾਜ਼ਤ ਵੀ ਲਵਾਂਗੇ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਜੇਕਰ ਤੁਸੀਂ ਵੀ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ ਜਾਂ ਕਿਸੇ ਪ੍ਰਕਾਰ ਨਾਲ ਰੇਡੀਓ ਪੰਜਾਬ ਟੂਡੇ ਨਾਲ ਜੁੜਨਾ ਚਾਹੁੰਦੇ ਹੋ, ਤਾਂ ਤੁਸੀਂ 9780141741 'ਤੇ ਕਾਲ ਕਰ ਸਕਦੇ ਹੋ ਜੀ। ਜੀ ਪੱਟੀ ਸਾਹਿਬ, ਕਾਲ ਟੁੱਟੀ ਸੀ ਜੀ। ਉਹਦੇ ਬੱਚੇ ਸੀ ਸਿੱਧੂ ਸਾਹਿਬ ਬਾਰੇ, ਉਹਨਾਂ ਨੇ ਕਹਿ ਦਿੱਤਾ ਕਿ ਇਹ ਪ੍ਰਧਾਨ ਜੀ ਨਾਲ ਬਿਲਕੁਲ ਖੁਸ਼ੀ ਹੈ। ਕਿਉਂਕਿ ਜਦੋਂ ਇਹਨਾਂ ਦੀ ਮੀਟਿੰਗ ਹੋਈ ਹੈ ਸੋਨੀਆ ਗਾਂਧੀ ਨੇ ਸਿੱਧੂ ਸਾਹਿਬ ਜਿਹਨਾਂ ਦੇ ਆਰਗੇਨਾਈਜ਼ਰ ਜਨਰਲ ਸੈਕਟਰੀ ਜਿਹੜੇ ਵੇਣੂਗੋਪਾਲ ਤੇ ਰਾਵਤ ਸਾਹਿਬ, ਹਰੀਸ਼ ਰਾਵਤ ਚਾਰ ਬੰਦੇ ਸੀ ਜਿਹਨਾਂ ਸਾਹਮਣੇ ਗੱਲ ਹੋਈ ਹੈ। ਹੁਣ ਉਹਨਾਂ ਦੇ ਸਿੱਧੂ ਸਾਹਿਬ ਨੇ ਕਹਿ ਦਿੱਤਾ ਕਿ ਜੋ ਰਾਹੁਲ ਭਾਈ ਨੂੰ ਜ਼ਿੰਮੇਵਾਰੀ ਸੌਂਪਣ ਗਿਆ ਇਹ ਉਹ ਕਰਨੀ ਤਿਆਰ ਜੀ। ਮੈਨੂੰ ਸੈਂਟਰ ਚ ਲੈ ਉਹ ਸਟੇਟ ਚ ਲੱਖ, ਲੇਕਿਨ ਮੈਂ ਪੰਜਾਬ ਦਾ ਇਸ਼ੂ ਹਾਂ, ਇਸੇ ਕਰਕੇ ਬੀਜੇਪੀ ਸਿੱਧੀ ਵੀ ਮੈਨੂੰ ਪੰਜਾਬ ਚ ਰਹਿਣ ਦੇ। ਹੁਣ ਵੀ ਪਹਿਲਾਂ ਤੁਸੀਂ ਜਦੋਂ ਕਰਤਾਰਪੁਰ ਦਾ ਲਾਂਘਾ ਖੁੱਲਣਾ ਸੀ ਉਦੋਂ ਦੇਖੋ ਬੀਬੀ ਹਰਸਿਮਰਤ ਕੌਰ ਨੇ ਬੜਾ ਵਿਰੋਧ ਕੀਤਾ ਜੀ। ਕੈਪਟਨ ਨੇ ਵਿਰੋਧ ਕੀਤਾ, ਸਾਡੇ ਪਾਕਿਸਤਾਨ ਵੇਖੋ ਜੀ ਇਹ ਅੱਤਵਾਦੀ ਰਸਤਾ ਪੜਦੇ ਕਰ ਜੀ, ਇਹ ਵੇਖੋ ਸਾਡੇ ਫੌਜੀ ਫੌਜੀ ਜਵਾਨ ਮਾਰੇ ਜਾ ਰਹੇ ਨੇ ਸਾਡੇ ਉੱਤੇ, ਇਹ ਕਿਵੇਂ ਇਹ ਤੇ ਤਮਾਸ਼ਾ ਕਰ ਰਹੇ, ਬੜਾ ਕੁਛ ਕਿਹਾ। ਲੇਕਿਨ ਇਮਰਾਨ ਖਾਨ ਨੇ ਜਿਹੜੀ ਕਿ ਬੜੀ ਉਹ ਸੰਜਮ ਤੋਂ ਕੰਮ ਲਿਆ, ਕਿਉਂਕਿ ਦੂਜੇ ਪਾਸੇ ਨਵਜੋਤ ਸਿੱਧੂ ਸੀ, ਨਵਜੋਤ ਸਿੱਧੂ ਸੰਜਮ ਤੋਂ ਕੰਮ ਲਿਆ, ਉਹਨੇ ਇੱਕ ਬਿਆਨ ਨੀ ਕੀਤੀ, ਇੱਕ ਗੱਲ ਨੀ ਕੀਤੀ। ਹਰਸਿਮਰਤ ਵੀ ਜਾ ਕੇ ਜਿਹੜੀ ਸੀ ਜਦੋਂ ਉੱਥੇ ਸਮਾਗਮ ਹੋਇਆ 26 ਦਸੰਬਰ ਦੀ ਗੱਲ ਤੇ ਨਵੰਬਰ ਦੀ ਗੱਲ ਜਿਹੜਾ ਹੋਇਆ ਉੱਥੇ ਆਪਣੀ ਡੇਰਾ ਬਾਬਾ ਨਾਨਕ ਉੱਥੇ ਜਾ ਕੇ ਸਟੇਜ ਤੋਂ ਬੋਲੀ ਜੀ। ਅੱਜ ਜਿਹੜੇ ਕਹਿੰਦੇ ਆ ਨਾ ਵੀ ਦੇਖੋ ਜੀ ਸਾਨੂੰ ਦਲਕਾਣਾ ਸਾਹਿਬ ਜਾਣ ਨੀ ਦਿੱਤਾ ਗਿਆ, ਜੇ ਤੁਸੀਂ ਬਰਛੀ ਬਣਾਉਣੀ ਸੀ, ਸ਼ਤਾਬਦੀ ਬਣਾਉਣੀ ਸੀ, ਉਦੋਂ ਵੀ ਤੁਹਾਡੇ ਬੈਨ ਪਾਲ ਪੜ ਕੇ ਮਿਲੋ, ਤੁਸੀਂ ਬਿਆਨ ਨੂੰ ਤਾਂ ਦਿੰਦੇ ਰਹੇ ਜੀ। ਉਹਦੇ ਵਿੱਚ ਸਿੱਧੂ ਨੇ ਆਪਣੀ ਬੈਨਬਾਜ਼ੀ ਨੀ ਕੀਤੀ, ਉਹਨੇ ਕਿਹਾ ਜੋ ਕੀਤਾ ਮੈਂ ਠੀਕ ਕੀਤਾ, ਜੇ ਮੈਂ ਸੁਨੇਹਾ ਲੈ ਕੇ ਤੇ ਮਾੜਾ ਪੀ ਕੀਤਾ। ਕੈਪਟਨ ਸਾਹਿਬ ਕੱਲ ਤੱਕ ਬੋਲੀ ਬੋਲਦੇ ਭਾਜਪਾ ਜੀ, ਉਹ ਪ੍ਰਧਾਨ ਮੰਤਰੀ ਦੇ ਹਰ ਬਿਆਨ ਦੀ ਪੁਸ਼ਟੀ ਕਰਦੇ ਹੁੰਦੇ ਸੀ, ਠੀਕ ਆ ਜੀ ਪ੍ਰਧਾਨ ਮੰਤਰੀ ਨੇ ਕਿਹਾ ਠੀਕ ਹੈ ਜੀ। ਅੱਜ ਤੋਂ ਹਾਲ ਤੇ ਬੀਜੇਪੀ ਦੀ ਹੋ ਗਈ, ਹੁਣ ਕੈਪਟਨ ਸਾਹਿਬ ਇਹ ਕਹਿਣ ਯੋਗੇ ਨਹੀਂ ਹੈ ਵੀ ਮੈਂ ਬੀਜੇਪੀ ਜਾ ਰਿਹਾ, ਜਾ ਕੇ ਰੱਖੋ ਬੀਜੇਪੀ ਜਾ ਕੇ ਰੱਖੋ, ਤੇ ਰਾਜਨੀਤੀ ਕਰ ਰਹੇ ਨੇ ਪੰਜਾਬ ਦੇ ਜੀ, ਇਸ ਕਰਕੇ ਉਹਨਾਂ ਕੋਲ ਰਸਤਾ ਨਹੀਂ ਰਹਿ ਗਿਆ। ਤੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਹਾਡੀ ਹੁਣ ਸਿਹਤ ਆਗਿਆ ਨਹੀਂ ਦਿੰਦੀ ਤੇ ਤੁਸੀਂ ਰਿਟਾਇਰਮੈਂਟ ਲੈ ਲਓ ਤੇ ਹੁਣ ਤੁਸੀਂ ਹੋਰ ਕੋਈ ਮੌਕਾ ਦੇ ਪਾ ਜੀ ਜੀ। ਚਰਚਾ ਆ ਕੈਪਟਨ ਸਾਹਿਬ ਇਹ ਗੱਲ ਮੰਨ ਗਏ ਕਿ ਮੈਨੂੰ ਸੈਂਸ ਤੋਂ ਕਿਤੇ ਅਲੱਗ ਕਰਨੀ ਪੈ, ਲੇਕਿਨ ਇਹ ਚਰਚਾ ਹੀ ਆ ਹਾਲ ਦੀ ਕੜੀ ਤੇ ਉਹਨਾਂ ਨੇ ਪੂਰੀਆਂ ਜਿਹੜੀਆਂ ਵਾ ਆਪਣੀਆਂ ਜਿਹੜੀਆਂ ਦੀਆਂ ਤਿਆਰੀਆਂ ਕਰੀਆਂ ਵੀ ਮੈਂ ਦੁਬਾਰਾ ਮੁੱਖ ਮੰਤਰੀ ਬਣਨਾ, ਮੈਂ ਦੁਬਾਰਾ ਇਲੈਕਸ਼ਨ ਲੜਨੀ ਆ। ਉਹ ਜਿੰਨੇ ਕੁ ਕੌਨਫੀਡੈਂਟ ਨਾ ਵੀ ਕਾਂਗਰਸ ਵਾਲੇ ਜਿੰਨੇ ਕੌਨਫੀਡੈਂਟ ਆ ਜੀ, ਉਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚੋਂ ਜਿਹੜਾ ਸਬਕ ਸਿੱਖਣਾ ਚਾਹੀਦਾ, ਭਾਵੇਂ ਤੁਸੀਂ ਪੂਰੀ ਧੱਕੇਸ਼ਾਹੀ ਕੀਤੀ ਆ ਜੀ, ਬੀਜੇਪੀ ਦੇ ਅਕਾਲੀ ਆਮ ਆਦਮੀ ਪਾਰਟੀ ਦੇ ਅਕਾਲੀ ਅਕਾਲੀ ਪਹਿਲਾਂ ਨਾਲੋਂ ਕਾਰਗੁਜ਼ਾਰੀ ਅੱਛੀ ਹੈ, ਉਹਦੇ ਮੁਕਾਬਲੇ ਸਾਡੀ ਕਾਰਗੁਜ਼ਾਰੀ ਇੰਨੀ ਅੱਛੀ ਨੀ। ਜੇ ਤੁਸੀਂ ਕਹੋ ਤੇ ਬਾਕੀ ਅਸੀਂ ਹੈਗੇ ਆ ਤੇ ਕਈ ਵਾਰੀ ਬਹੁਤ ਅਕਲਿਆ ਭੰਜ ਲਾ, ਉਹ ਕੋਈ ਕਈ ਸਿੱਟੇ ਜਿਹੜਾ ਤਨਖਾਹ ਵੀ ਨਾ ਹੁੰਦਾ ਜੀ ਜੀ। ਕਾਲ ਲੈ ਲਈਏ ਜੀ, ਹਾਂ ਜੀ ਪੱਟੀ ਸਾਹਿਬ, ਹਾਂਜੀ 9164 ਤੇ 9849 ਤੇ ਆਉਣੇ ਰਹੋ ਜੀ ਤੁਸੀਂ।
ਜਿਹੜੀ ਆਪਣੇ ਬੰਦੀ ਨੇ 26 ਜਨਵਰੀ ਨੂੰ ਉੱਥੇ ਜੇਲਾਂ ਚ ਬੰਦੇ ਫੜੇ ਹੋਏ ਗੋਬਰ ਦੇ, ਉਹਨਾਂ ਦੀ ਜਮਾਨਤਾਂ ਹੋ ਰਹੀਆਂ ਨੇ, ਉਹ ਜਮਾਨਤਾਂ ਕਰਾ ਰਹੇ ਨੇ ਸਿਰਸਾ ਸਾਹਿਬ ਪ੍ਰਮੋਟ ਕੀਤਾ ਜਾ ਰਿਹਾ ਉਹਨਾਂ ਦਾ। ਬੀਜੇਪੀ ਬਹੁਤ ਕੁਛ ਕਰ ਰਹੀ ਹੈ ਜੀ ਪ੍ਰਮੋਟ। ਸਰਦਾਰ ਸਿਕੰਦਰ ਸਿੰਘ ਜੀ, ਗੱਲ ਇਹ ਆ ਕਿ ਜਿਹੜਾ ਕਿਸਾਨਾਂ ਦਾ ਉੱਥੇ ਦਫ਼ਤਰ ਆ ਉਹ ਮਰਕਾਬਗੰਜ ਗੁਰਦੁਆਰੇ ਦੇ ਵਿੱਚ, ਜਿਹੜਾ ਕਿਸਾਨਾਂ ਦਾ ਬੈਂਚ ਤੇ ਬੀਜਾ ਵਕੀਲਾਂ ਦਾ ਉਹ ਵੀ ਰਕਾਬਗੰਜ ਗੁਰਦੁਆਰੇ ਚ। ਤੇ ਜਦੋਂ ਵੀ ਜ਼ਬਾਨ ਟੁੱਟਦੀ ਆ ਤੈਨੂੰ ਪਤਾ ਉਦੋਂ ਚਲੇ ਜਾਂਦੇ ਜ਼ਬਾਨ ਤੁਸੀਂ ਕਰਾਤੀ ਜੀ, ਕੀ ਫਰਕ ਪੈਂਦਾ ਕਿਸੇ ਨੇ ਕਰਾਤੀ, ਕੋਈ ਕਰਨ ਵਾਲੇ ਕੋਈ ਗੱਲ ਨੀ, ਗੱਲ ਤੇ ਕੰਮ ਕਰਨ ਦੀ ਗੱਲ ਹੈ। ਔਰ ਹੁਣ ਤਾਂ ਬੀਜੇਪੀ ਦੇ ਬਹੁਤ, ਅੱਜ ਮੈਂ ਬੜਾ ਕੁਛ ਹੋ ਰਿਹਾ ਜੀ, ਬੀਜੇਪੀ ਬਹੁਤ ਕੁਛ ਕਰ ਰਹੀ ਹੈ, ਆਈਟੀ ਸੈੱਲ ਬੜਾ ਕੁਛ ਹੋ ਰਿਹਾ, ਸਰਕਾਰ ਦਾ ਆਈਟੀ ਸੈੱਲ ਬੜਾ ਕਰ ਰਿਹਾ, ਮੀਡੀਆ ਉਹਨਾਂ ਲੋਕਾਂ ਨੂੰ ਪ੍ਰਮੋਟ ਕਰ ਰਿਹਾ ਜ਼ਿਆਦਾ ਜਿਹੜੇ ਕਿਸਾਨੀ ਸੰਘਰਸ਼ ਦੇ ਨਾਲ ਨਾਲ ਉਹਨਾਂ ਨੂੰ ਫਾਇਦਾ ਦੇ ਸਕਦੇ ਨੇ। ਕੋਈ ਗੱਲ ਨੀ ਜੀ, ਕੋਈ ਗੱਲ ਨੀ, ਸਮਾਂ ਵੇਖੋ ਕਿਹੜੀ ਜਾਂਦਾ ਤੇ ਸਮਾਂ ਦੱਸੋ। ਅੱਜ ਜੀ ਆਈਟੀ ਡੇਟ ਸਰਕਾਰ ਤਾਂ ਜਿੰਨੇ ਮਰਜ਼ੀ ਕੇ ਫੋਟੋ ਲਵਾ ਲੈਣ ਜੀ, ਜੋ ਮਰਜ਼ੀ ਕਰ ਦੇਣ, ਆਖਿਰਕਾਰ ਲੋਕ ਬੜੇ ਸਿਆਣੇ ਨੇ, ਲੋਕਾਂ ਨੇ ਫੈਸਲਾ ਜਾਂ ਆਪਣੀ ਮਰਜ਼ੀ ਦਾ ਜਿਹੜਾ ਕਰਨਾ ਸੀ ਉਹ ਚਾਹੁੰਦੇ ਵੀ ਸ਼ਾਇਦ ਮਿਲੂ ਆ ਸਾਰੀ ਜਿਹੜੀ ਗੱਲ ਬਣ ਜਾਏ ਦਿੱਲੀ ਇਲੈਕਸ਼ਨ ਵਾਲੀ ਜਿਹੜੀ ਪਲੈਨ ਦੇ ਵਿੱਚ। ਹਾਂਜੀ ਹਾਂਜੀ, ਦਿੱਲੀ ਦੀ ਇਲੈਕਸ਼ਨ ਜਿਹੜੀ ਆ ਸ਼ਾਇਦ 25 ਅਪ੍ਰੈਲ ਨੂੰ ਹੋ ਜਾਵੇਗੀ, ਕਿਉਂਕਿ ਇਹਨਾਂ ਨੇ ਐਫੀਡੇਵਿਟ ਦੇ ਦਿੱਤਾ, ਸਰਕਾਰ ਨੇ ਵੀ 25 ਇਲੈਕਸ਼ਨ ਕਰਾਈ ਆ ਜੀ, ਤੇ 25 ਅਪ੍ਰੈਲ ਨੂੰ ਇਲੈਕਸ਼ਨ ਹੁੰਦੀ ਆ, ਤੇ ਇਸ ਕਰਕੇ ਸਰਕਾਰ ਸਾਹਿਬ ਦੀ ਹਿੰਮਤ ਆ ਵੀ ਚਲੋ ਠੀਕ ਹੈ ਜੀ ਆ ਕੁਛ ਕਰਕੇ, ਤੇ ਮਾੜੀ ਮੋਟੀ ਸ਼ਾਇਦ ਬਹੁਤਾ ਸੀ ਕਰਨੀ ਕਹਿੰਦੇ ਸੀ ਆਗੂ ਬਣ ਬਾਅਦ ਮਿਲ ਲੈਂਦੇ ਉਹਨਾਂ ਨੂੰ, ਲੇਕਿਨ ਸਿਰਫ ਇਹੀ ਆ ਕਿ ਜਿਹੜਾ ਦਫ਼ਤਰ ਆ ਕਿਸਾਨ ਸੰਯੁਕਤ ਮੋਰਚੇ ਦੇ ਵਕੀਲਾਂ ਦਾ ਦਫ਼ਤਰ, ਉਹ ਰਕਾਬਗੰਜ ਗੁਰਦੁਆਰੇ ਦੇ ਵਿੱਚ ਉਹ ਕਮਰਾ ਲੈ ਕੇ ਉੱਥੇ ਦੇਖੇ ਨੇ ਜੀ 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 ਜੀ, ਉੱਥੋਂ ਸਾਰੀ ਕਾਰ ਡਿਟੇਲ ਦੀ ਹੋ ਸਕਦਾ ਕਿ ਉਹਨਾਂ ਦੇ ਕਲਰਕ ਵੀ ਯੂਜ਼ ਕਰਦੇ ਹੋਣਗੇ, ਹਾਂ ਹੋ ਜਾਂਦਾ ਜੀ, ਹੋ ਜਾਂਦਾ ਦੇਤੇ ਹੋਣ ਕਾ, ਮੋਟਰ ਹੋਵੇ ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ, ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ ਕਰੋ, ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW, ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ, ਮੰਨ ਲਓ 519-622-0660, 519-622-0660, QTL, because we care. Quick Truck Lube. ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066, ਯਾਨੀ 360-652-6066, ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟ੍ਰੈਵਲ ਸੈਂਟਰ, 14814 ਐਲੋਮ ਸਟਰੀਟ, ਲਾਸਟ ਹਿਲਸ, ਫੋਨ ਨੰਬਰ 661-797-2345। ਓ ਯਾਰ, ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ।
ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦ ਇਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403-4495-01, 403-4495-01, Dreamliner Express Company, Calgary, Alberta, Canada. ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ, ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8550-2064 ਅਤੇ 85560-0271। JB ਟਰੱਕ ਰਿਪੇਅਰ, ਯੂਪਾ ਸਿਟੀ, ਸਰਟੀਫਾਈਡ ਕਿਊਮਿਨਸ, ਡੈਟਰੋਇਟ ਫਰੇਟ ਲਾਈਨਰ, ਵੈਸਟਰਨ ਸਟਾਰ, ਵੋਲਵੋ, ਕੈਟਰਪਿਲਰ ਅਤੇ ਸੀਰੀਜ਼ 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨਸ, 5 ਸਾਲ ਦਾ ਫਰੇਟ ਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ, ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ, ਟ੍ਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ, ਸਰਟੀਫਾਈਡ 90-day DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ, 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7, ਨਵੇਂ ਕਸਟਮਰਸ ਲਈ 10% ਡਿਸਕਾਊਂਟ, ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਜੱਸੀ ਆ ਕੀ, ਅਸੀਂ ਪਹੁੰਚ ਵੀ ਗਏ, ਤੁਸੀਂ ਹਜੇ ਤਿਆਰ ਨਹੀਂ ਹੋਏ। ਜਾਣਾ ਨੀ ਜਸਮੀਤ ਹੋਰਾਂ ਦੀ ਪਾਰਟੀ 'ਚ? ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨੀ। ਕਿਉਂ, ਕੀ ਹੋ ਗਿਆ? ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ। ਘਰੇ ਤਾਂ ਆਉਣਾ ਨੀ, ਜਦੋਂ ਦੇਖੋ ਖਰਾਬ ਹੀ ਰਹਿੰਦਾ। ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨੀ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ ਉਹ। ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ। ਔਰ ਹਾਂ, ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ, 24 ਘੰਟੇ 7 ਦਿਨ ਦੀ ਸਰਵਿਸਿਸ ਲਈ। ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-469-2000 ਜਾਂ ਫਿਰ ਕਾਲ ਕਰੋ 204-777-0460। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਂਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾਂ ਬਾਇਓ ਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ, ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ, 2 ਪਰੌਂਠੇ ਸਿਰਫ 4.99 ਚ, ਟਰੱਕ ਡਰਾਈਵਰ ਵੀਰਾਂ ਲਈ 2 ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ, ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 6615-8858-8858-885-8858-58। ਐਡਰੈਸ 2201 ਸਾਊਥ ਯੂਨੀਅਨ ਐਵੀਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ